ਉਸ ਟਾਈਮ ਸਾਡੀ ਵੱਡੀ ਭੈਣ ਦਾ ਲੜਕਾ ਹੋ ਕੇ ਗੁਜ਼ਰ ਜਾਂਦਾ ਜਾਂਦੇ, ਘਰ ਦੇ ਵਿੱਚ ਲਾਸ਼ ਪਈ ਹੁੰਦੀ ਜਾਂਦੇ, ਅਤੇ ਅਸੀਂ ਉਹਨੂੰ ਕਹਿੰਦੇ ਵੀ ਸਾਨੂੰ ਸੰਸਕਾਰ ਕਰ ਲੈਂਦੋ, ਉਦੋਂ ਬਾਅਦ ਲੈ ਜਿਓ, ਪਰ ਕਹਿੰਦੇ ਨਹੀਂ ਜੀ ਸਾਨੂੰ ਉੱਤੋਂ ਹੁਕਮ ਆ, ਅਸੀਂ ਲੈ ਕੇ ਜਾਣਾ ਵਾ। ਘਰ ਲਾਸ਼ ਪਈ ਵੀ ਨਹੀਂ ਦੇਖੀ, ਅਤੇ ਪਰ ਉਹ ਲੈ ਕੇ ਜਦੋਂ ਵਾਪਿਸ ਜਾਂਦੇ ਕਹਿ ਗਏ ਵੀ ਇਹਨਾਂ ਦਾ ਕੀ ਪਤਾ ਕਦੋਂ ਛੱਡਣ, ਤੁਸੀਂ ਇਹਦਾ ਬੱਚੇ ਦਾ ਸੰਸਕਾਰ ਕਰ ਦਿਓ। ਸਰਕਾਰਾਂ ਆਪ ਹੀ ਫੜ ਲੈਂਦੀਆਂ ਸੀਗੀਆਂ ਅਤੇ ਆਪ ਹੀ ਛੱਡ ਦਿੰਦੀਆਂ ਸੀ, ਕਦੇ ਉਹਨਾਂ ਨੇ ਜ਼ਮਾਨਤ ਨਹੀਂ ਕਰਾਈ ਸੀਗੀ। ਜਾਂਦੇ ਫਤਿਹ ਲੱਗ ਗਏ ਆ ਸਾਰੀ ਸੰਗਤ ਨੂੰ, ਕਹਿੰਦੇ ਵੀ ਲੱਗਦਾ ਸਰਕਾਰ ਆਪਦਾ ਘਰ ਕਰੂਗੀ। ਕਹਿੰਦੇ ਅਸੀਂ ਉੱਥੇ ਜਾਂਦੇ ਰਹੇ ਅਤੇ ਸਤ ਪ੍ਰਸ਼ਾਦਾ ਪੜ ਲੈਂਦੇ ਸੀਗੇ, ਅਤੇ ਸਾਨੂੰ ਇਹ ਨਹੀਂ ਪਤਾ ਸੀ ਵੀ ਉਹ ਛਕਦੇ ਸੀਗੇ, ਆਪ ਹੀ ਛਕਦੇ ਸੀਗੇ। ਉਦੋਂ ਨੌਜਵਾਨ ਦੀ ਖੂਨ ਦੀ ਹੋਲੀ ਖੇਡੀ ਗਈ, ਉਦੋਂ ਆਪਾਂ ਸਾਰਿਆਂ ਨੂੰ ਪਤਾ ਹੀ ਆਈ, ਕਈ ਕਈ ਪਿੰਡਾਂ 'ਚ ਤਾਂ 20-20 ਸਾਲ ਬਰਾਤਾਂ ਨਹੀਂ ਚੱਲੀਆਂ। ਜਾਣੇ ਤੋਂ ਬਾਹਰ ਆ ਜਾਣਗੇ, ਇੰਨਾ ਆਪਾਂ ਕਹਿੰਦੇ ਜਾਨਵਰਾਂ ਨਾਲ ਵੀ ਕਰਦੇ ਜੋ ਉਹਨਾਂ ਨੇ ਸਲੂਕ ਕੀਤਾ ਸੀਗਾ। ਸਿਰਫ ਕਸੂਰ ਇਹ ਸੀਗਾ ਉਹ ਧਰਮ ਦਾ ਪ੍ਰਚਾਰ ਕਰਦੇ ਸੀਗੇ, ਬਾਣੀ ਨਾਲ ਜੋੜਦੇ, ਅੰਮ੍ਰਿਤ ਛਕਾਉਂਦੇ ਸੀਗੇ। ਸਰਕਾਰਾਂ ਨੂੰ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ। ਇਹ ਵੀ ਦੱਸਦੇ ਆ ਕਹਿੰਦੇ ਵੀ ਉਹਨਾਂ ਠੁੱਡੇ ਮਾਰੇ ਗਏ ਆ ਪੁੱਠੇ ਲੰਕਦਿਆਂ ਦੇ, ਠੀਕ ਹੈ ਜੀ। ਸੁਣਿਆ ਵੀ ਆ ਕਹਿੰਦੇ ਵੀ ਇੱਕ ਅੱਖ ਉਹਨਾਂ ਦੀ ਬਾਹਰ ਲੰਕਦੀ ਸੀਗੀ, ਜਿਹਦੇ ਨਾਲ ਇੰਨਾ ਕੁਛ ਕੀਤਾ ਹੋਵੇ ਉਹ ਦੋ ਕਰਮ ਤੁਰ ਕੇ ਦਿਖਾਵੇ, ਇਹ ਕਹਿੰਦੇ ਭੱਜ ਗਏ। ਉਦੋਂ ਜਗਮੀਤ ਬਰਾੜ ਵੀ ਸੀਗਾ ਜਾਂਦੇ, ਜਾਂ ਆਪਣੇ ਮਾਨ ਸਾਹਿਬ ਸੀਗੇ, ਬਾਦਲ ਸਾਹਿਬ ਸੀ, ਸਾਰਿਆਂ ਨੇ ਕਿਹਾ ਸੀਗਾ ਵੀ ਸਾਡੇ ਜਥੇਦਾਰ ਨੂੰ ਸ਼ਹੀਦ ਕੀਤਾ ਗਿਆ ਵਾ। ਕਦੇ ਵੀ ਜਦੋਂ ਵੀ ਪੁਲਿਸ ਸਾਡੇ ਘਰ ਆਈ ਹੈ, ਕਦੇ ਵੀ ਸਾਡੇ ਘਰ ਕੋਈ ਨਜਾਇਜ਼ ਕੋਈ ਅਸਲਾ ਨਾ ਕੋਈ ਆਪਣੀ ਗੈਰ ਕਾਨੂੰਨੀ ਕੋਈ ਚੀਜ਼ ਸਾਡੇ ਘਰੋਂ ਮਿਲੀ ਆ, ਲੈ ਜਾਂਦੇ ਸੀਗੇ, ਛੱਡ ਜਾਂਦੇ ਸੀਗੇ। ਕਈ ਵਾਰ ਕੋਈ ਵਾਰਦਾਤ ਹੋਣੀ ਆਸੇ ਪਾਸੇ, ਪੁਲਿਸ ਕਈ ਵਾਰ ਲੇਟ ਹੋ ਜਾਂਦੀ ਸੀਗੀ, ਵਾਪਸ ਹੱਸ ਕੇ ਕਹਿ ਦਿੰਦੇ ਸੀਗੇ ਮੈਂ ਤਾਂ ਤੁਹਾਨੂੰ ਸਵੇਰ ਦਾ ਡਿੱਗੀ ਆ, ਤੁਸੀਂ ਲੇਟ ਹੋ ਗਏ। ਜਥੇਦਾਰ ਸਾਹਿਬ ਦੀ ਜਿਹੜੀ ਗ੍ਰਿਫਤਾਰੀ ਹੁੰਦੀ ਆ ਉਹਦੇ ਕਾਰਨ ਇਹ ਮੰਨੇ ਜਾਂਦੇ ਸੀ ਕਿ ਇੱਥੇ ਤੁਹਾਡੇ ਪਿੰਡ ਦੇ ਵਿੱਚ ਕਿਸ ਤਰ੍ਹਾਂ ਦਾ ਕੋਈ ਕਤਲ ਹੁੰਦੇ ਨੇ, ਉਸ ਤੋਂ ਬਾਅਦ ਸਾਰਾ ਉਹਨਾਂ ਦੇ ਨਾਮ ਦੇ ਨਾਲ ਜੋੜਿਆ ਜਾਂਦਾ। ਇੱਕ ਕਹਾਣੀਆਂ ਬਣਾਉਂਦੇ ਸੀਗੇ, ਕਹਾਣੀਆਂ ਬਣਾ ਕੇ ਛੱਡ ਦਿੰਦੇ ਸੀਗੇ, ਉਹ ਤਾਂ ਇਹ ਗੱਲ ਕਹਿੰਦੇ ਸੀਗੇ ਜਦੋਂ ਮੌਤ ਆਉਣੀ ਆ ਉਦੋਂ ਕੋਈ ਹਥਿਆਰ ਨਹੀਂ ਚੱਲਣਾ। ਅਤੇ ਇਹ ਬੱਚਾ ਇੱਥੇ ਟੁੱਟ ਝੱਟ ਹੁੰਦਾ ਸੀਗਾ ਅਤੇ ਇਹਨੂੰ ਬੁੱਕ 'ਚ ਲੈ ਕੇ ਕਹਿੰਦੇ ਕਹਿੰਦੇ ਦੇਖ ਲਾ ਤੂੰ ਮੇਰੇ ਨਾ ਮੁੱਢੇ ਮੁੱਢੇ ਆਉਣ ਲੱਗ ਗਿਆ, ਜਦੋਂ ਵੀ ਅਰਦਾਸ ਕਰਨੀ ਕਹਿਣਾ ਵੀ ਮੈਂ ਹੱਡ ਗੋਡੇ ਰੋਂਦਾ ਨਾ ਮੈਂ ਸ਼ਹੀਦ ਹੋਵਾਂ ਚੌਂਕ ਕੌਮ ਦੀ ਖਾਤਰ। ਦੇਖੋ ਕੌਮ ਦੇ ਜਥੇਦਾਰ ਸੀਗੇ, ਕਿਉਂਕਿ ਕੌਮ ਦੇ ਜਥੇਦਾਰ ਕੋਲ ਸਿੰਘਣਾ ਆਉਣ ਅਤੇ ਕਿਹਦੇ ਕੋਲ ਜਾਣ, ਠੀਕ ਹੈ ਜੀ। ਅਤੇ ਆਉਂਦੇ ਜਾਂਦੇ ਵਿਹੜਾ ਭਰਿਆ ਰਹਿੰਦਾ ਸੀਗੇ, ਕਿਉਂਕਿ ਵੀ ਬੋਡੀ ਸਿੱਟਾਂਗੇ ਹੋ ਸਕਦਾ ਵੀ ਉਹ ਤਰਕ ਤਾਂ ਆ ਜੇ, ਪਰ ਉਹਦੀ ਡੈੱਡ ਬੋਡੀ ਟੋਟੇ ਟੋਟੇ ਕਰਕੇ ਸਤਲੁਜ ਰਿਹਾ ਸਿੱਟੇ ਗਏ। ਸਾਰੇ ਆਏ ਸੀ, ਪ੍ਰਕਾਸ਼ ਸਿੰਘ ਬਾਦਲ ਆਏ, ਗੁਰਚਰਨ ਸਿੰਘ ਟੌੜਾ ਆਏ ਸੀਗੇ, ਜਗਦੇਵ ਸਿੰਘ ਤਰਵੰਡੀ ਆਏ ਸੀ, ਸਿਮਰਜੀਤ ਸਿੰਘ ਮਾਨ ਆਏ, ਬਾਬਾ ਜਗਿੰਦਰ ਸਿੰਘ, ਪਰ ਉਹਨਾਂ ਨੂੰ ਘਰੇ ਨਹੀਂ ਆਉਣ ਦਿੱਤਾ ਜੀ, ਇੱਥੇ ਤੱਕ ਨਹੀਂ ਆਉਣ ਸੀਗੇ। ਰਸਤੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਗਏ ਸੀਗੇ ਜਾਂਦੇ, ਕਿਉਂਕਿ ਇੱਥੇ ਤਾਂ ਕਿਸੇ ਨੂੰ ਕਹਿੰਦੇ ਵੀ ਜਿਵੇਂ ਕਰਫਿਊ ਵਾਂਗੂ ਕਰਫਿਊ ਲਾ ਤਾ ਪਿੰਡ ਵਿੱਚ, ਬਾਹਰਲਾ ਬੰਦਾ ਕੋਈ ਵੜ ਨਹੀਂ ਦਿੱਤਾ ਸੀਗੇ। ਦੋ ਤਿੰਨ ਦਿਨ ਮੈਨੂੰ ਬਹੁਤ ਸਰਦਿਸ ਕੀਤਾ ਜਾਂਦੇ, ਕਰੰਟ ਵੀ ਲਾਇਆ, ਪੁੱਠਾ ਵੀ ਲਮਕਾਇਆ ਅਤੇ ਪਾਣੀ ਵਿੱਚ ਵੀ ਮੂੰਹ ਡੋਇਆ ਜਾਂਦੇ। ਉਦੋਂ ਹੁੰਦਾ ਸੀ ਆਪਣੇ SSP ਹਰਦੀਪ ਸਿੰਘ ਢਿੱਲੋਂ ਲੁਧਿਆਣੇ ਅਤੇ ਸ਼ਿਵ ਕੁਮਾਰ SP ਹੁੰਦਾ ਸੀਗਾ ਜੀ, ਪਰਮੀਤ ਪਿੰਕੀ ਸੀਗੇ, ਅਤੇ ਉਦੋਂ ਬਾਅਦ ਮੇਰੇ 'ਤੇ ਕੇਸ ਪਾ ਕੇ, ਲੁਧਿਆਣੇ ਬੰਬ ਧਮਾਕਾ ਹੋਇਆ ਸੀਗਾ, ਉਹ ਕੇਸ ਪਾ ਕੇ ਮੈਨੂੰ ਜੇਲ੍ਹ ਭੇਜ ਦਿੱਤਾ ਸੀਗਾ ਜੀ। ਲੋਕਲ ਲੀਡਰ ਸੀਗੇ ਸਾਰੇ ਗਏ ਵੀ ਉੱਥੇ ਜਾ ਕੇ ਅਦਾਲਤ 'ਚ ਵੀ ਕਿਹਾ ਕਹਿੰਦੇ ਵੀ ਇਹਨਾਂ ਨੇ ਪਿਓ ਨੂੰ ਸ਼ਹੀਦ ਕਰਤਾ ਵੀ ਹੁਣ ਬੱਚਾ ਤਾਂ ਕੀ ਕਰਾਉਣਾ ਵਾ।
ਐਸ ਐਸ ਪੀ ਸਮੀਰ ਸਿੰਘ ਸੈਣੀ ਸੀਗੇ। ਇਹਨਾਂ 'ਤੇ ਜਦੋਂ ਸਮੀਰ ਸਿੰਘ ਸੈਣੀ ਨੇ ਧੂਆ ਮਾਰਿਆ, ਸਰਕਟ ਦਾ ਧੂਆ, ਬਾਪੀ ਨੂੰ ਥੱਪੜ ਮਾਰਿਆ ਸੀਗਾ। ਕੈਪਟਨ ਸਰਕਾਰ ਨੇ ਤਾਂ ਉਦੋਂ ਉਲਟ ਸਾਰਾ ਕੁਛ ਹੀ ਬਣਾ ਕੇ ਦਿੱਤਾ ਸੀਗਾ ਜੀ, ਵੀ ਜੱਥਰ ਸਾਹਿਬ ਭਗੌੜੇ ਆ, ਅਤੇ ਇਹਨਾਂ ਨੇ ਦੋ ਤਿੰਨ ਅਫਸਰ ਲਾਏ ਸੀਗੇ, ਮੁਖਵਿੰਦਰ ਸਿੰਘ ਸੀਨਾ ਸੀਗਾ ਐਸ ਐਸ ਪੀ ਸੀਗਾ, ਅਤੇ ਆਪਣਾ ਗੁਰਪ੍ਰੀਤ ਸਿੰਘ ਤੂਰ ਸੀਗਾ। ਸਤਿ ਸ਼੍ਰੀ ਅਕਾਲ, ਵੀ ਸੋਸ਼ਲ ਨੂੰ ਤੁਸੀਂ ਦੇਖ ਰਹੇ ਹੋ, ਮੈਂ ਮਨਪ੍ਰੀਤ ਰਾਮਣਵਾਸ। ਜਿਸ ਕਾਨੂੰਨ ਤੋਂ ਇਹ ਹੋਵੇ ਕਿ ਕਾਨੂੰਨ ਸਾਡੀ ਰਾਖੀ ਕਰੇਗਾ, ਜਿਸ ਕਾਨੂੰਨ ਦੇ ਰਖਵਾਲਿਆਂ ਤੋਂ ਤੁਹਾਨੂੰ ਇਹ ਉਮੀਦ ਹੋਵੇ ਕਿ ਇਹਨਾਂ ਕਰਕੇ ਅਸੀਂ ਇੱਥੇ ਸੇਫ ਹਾਂ, ਤੁਸੀਂ ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਹੋਵੋ, ਪਰ ਜਦੋਂ ਉਹੀ ਕਾਨੂੰਨ ਦੇ ਰਖਵਾਲੇ ਤੁਹਾਡੇ ਜਾਨ ਦੇ ਬੈਰੀ ਬਣ ਜਾਣ ਅਤੇ ਤੁਹਾਨੂੰ ਉਹਨਾਂ ਤੋਂ ਖਤਰਾ ਹੋ ਜਾਵੇ ਤਾਂ ਉਹ ਦਿਨ ਕਿਹੋ ਜਿਹੇ ਹੁੰਦੇ ਨੇ? ਜੇਕਰ ਮੈਂ ਪੰਜਾਬ ਦੀ ਗੱਲ ਕਰ ਲਵਾਂ ਤਾਂ 78 ਤੋਂ ਲੈ ਕੇ 95 93 ਤੱਕ ਜਿਹੜੇ ਦਿਨ ਦੇਖੇ ਪੰਜਾਬ ਦੇ ਲੋਕਾਂ ਨੇ, ਉਹ ਦਿਨਾਂ ਦੇ ਵਿੱਚ ਜਦੋਂ ਬਹੁਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਨੌਜਵਾਨਾਂ ਨੂੰ ਖਤਮ ਕੀਤਾ ਗਿਆ, ਉਹ ਪੰਜਾਬ ਦੇ ਦਿਨ ਜਦੋਂ ਪੰਜਾਬ ਦੇ ਬਹੁਤਿਆਂ ਪਿੰਡਾਂ 'ਚੋਂ ਸਭੀਆਂ ਸਾਲਾਂ ਤੱਕ ਬਰਾਤਾਂ ਤੱਕ ਨਾ ਚੜ੍ਹੀਆਂ, ਤਾਂ 25 ਦਸੰਬਰ 1992 ਦਾ ਇੱਕ ਅਜਿਹਾ ਦਿਨ ਆਉਂਦਾ ਜਿਹੜਾ ਕਿ ਇਸ ਪੰਜਾਬ ਦੇ ਮੱਥੇ 'ਤੇ ਇੱਕ ਤਰ੍ਹਾਂ ਦਾ ਕਲੰਕ ਲੱਗ ਜਾਂਦਾ। ਅੱਜ ਮੈਂ ਇਸ ਟਾਈਮ ਦੇ ਉੱਤੇ ਕੌਂਕੇ ਪਿੰਡ ਦੇ ਵਿੱਚ ਬੈਠਾਂ, ਅਤੇ ਜਦੋਂ ਕੌਂਕੇ ਕਲਾਂ ਦੀ ਗੱਲ ਕਰਦੇ ਹਾਂ ਤਾਂ ਫਿਰ ਜਥੇਦਾਰ ਗੁਰਦੇਵ ਸਿੰਘ ਹੁਣਿਆਂ ਦਾ ਨਾਂ ਆਉਂਦਾ, ਅਤੇ ਅੱਜ ਉਹਨਾਂ ਦੇ ਪਰਿਵਾਰ ਦੇ ਨਾਲ ਉਹਨਾਂ ਦੇ ਪੁੱਤਰ ਨੇ, ਉਹਨਾਂ ਦੀ ਧਰਮ ਪਤਨੀ ਗੁਰਮੇਲ ਕੌਰ ਸਾਡੇ ਨਾਲ ਹੋਣਗੇ, ਗੱਲਬਾਤ ਉਹਨਾਂ ਦੇ ਨਾਲ ਕਰਾਂਗੇ। ਮਾਤਾ ਜੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਹਤਾਂ ਠੀਕ ਨੇ ਮਾਤਾ ਜੀ ਤੁਹਾਡੀ? ਜਦੋਂ ਜਥੇਦਾਰ ਸਾਹਿਬ ਨਾਲ ਸਭ ਕੁਝ ਇਹ ਵਾਪਰਦਾ, ਉਦੋਂ ਤੁਹਾਡੀ ਉਮਰ ਕਿੰਨੀ ਕੁ ਸੀਗੀ? ਮੇਰੀ 14-15 ਸਾਲ ਦੀ ਸੀ ਉਦੋਂ ਜੀ। ਉਦੋਂ ਜਦੋਂ 14-15 ਸਾਲਾਂ ਦੀ ਅਸੀਂ ਗੱਲ ਕਰਦੇ ਹਾਂ, ਉਦੋਂ ਤਕਰੀਬਨ ਸਾਨੂੰ ਸਾਰਾ ਯਾਦ ਹੁੰਦਾ, ਕੀ ਗੱਲਬਾਤ ਉਦੋਂ ਸਭ ਕੁਝ ਵਾਪਰਦਾ ਰਿਹਾ? ਉਦੋਂ ਪਹਿਲਾਂ 20 ਦਸੰਬਰ ਜੀ 1992 ਨੂੰ ਜੀ ਬਾਪੀ ਨੂੰ ਲੈਣ ਆਉਂਦਾ ਗੁਰਮੀਤ ਸਿੰਘ ਇੰਸਪੈਕਟਰ ਸਦਰ 'ਚ ਹੁੰਦਾ ਸੀਗਾ ਜੀ, ਅਤੇ ਉਸ ਟਾਈਮ ਸਾਡੀ ਵੱਡੀ ਭੈਣ ਦਾ ਲੜਕਾ ਹੋ ਕੇ ਗੁਜ਼ਰ ਜਾਂਦਾ ਜਾਂਦੇ। ਅੱਛਾ। ਘਰ ਦੇ ਵਿੱਚ ਲਾਸ਼ ਪਈ ਹੁੰਦੀ ਜਾਂਦੇ ਜੀ, ਅਤੇ ਅਸੀਂ ਉਹਨੂੰ ਕਹਿੰਦੇ ਵੀ ਸਾਨੂੰ ਸੰਸਕਾਰ ਕਰ ਲੈਣ ਦਿਓ, ਉਦੋਂ ਬਾਅਦ ਲੈ ਜਾਓ ਜੀ। ਪਰ ਕਹਿੰਦੇ ਨਹੀਂ ਜੀ, ਸਾਨੂੰ ਉੱਤੋਂ ਹੁਕਮ ਆ, ਅਸੀਂ ਲੈ ਕੇ ਜਾਣਾ ਵਾ। ਕਹਿੰਦੇ ਉਹਨਾਂ ਨੇ ਘਰੇ ਲਾਸ਼ ਪਈ ਵੀ ਨਹੀਂ ਦੇਖੀ। ਅੱਛਾ। ਅਤੇ ਪਰ ਉਹ ਲੈ ਕੇ ਜਦੋਂ ਵਾਪਸ ਜਾਂਦੇ ਕਹਿ ਗਏ ਵੀ ਇਹਨਾਂ ਦਾ ਕੀ ਪਤਾ ਕਦੋਂ ਛੱਡਣ, ਤੁਸੀਂ ਇਹਦਾ ਬੱਚੇ ਦਾ ਸੰਸਕਾਰ ਕਰ ਦਿਓ। ਜਥੇਦਾਰ ਸਾਹਿਬ ਨੇ ਇਹ ਗੱਲ ਕਹੀ? ਹਾਂਜੀ ਹਾਂਜੀ। ਉਹ ਸੰਸਕਾਰ ਕਰਤਾ, ਉਦੋਂ ਬਾਅਦ ਮਗਰ ਜਾਂਦੇ ਆ ਇਹ, ਅਤੇ ਉਸ ਦਿਨ ਉਹਨਾਂ ਨੂੰ ਸ਼ਾਮ ਨੂੰ ਛੱਡ ਦਿੰਦੇ ਆ ਜਾਂਦੇ, ਚਲੋ ਪੰਚਾਇਤਾਂ ਜਾਂਦੀਆਂ ਨਾਲ ਜੀ, ਸ਼ਾਮ ਨੂੰ ਛੱਡ ਦਿੰਦੇ ਆ। ਉਸ ਤੋਂ ਬਾਅਦ 25 ਦਸੰਬਰ 1992 ਨੂੰ ਜੀ ਸੁਬਹਾ ਫਿਰ ਆਉਂਦੇ ਜਾਂਦੇ ਜੀ, ਉਹੀ ਗੁਰਮੀਤ ਸਿੰਘ ਇੰਸਪੈਕਟਰ ਸਦਰ ਦਾ ਇੰਚਾਰਜ ਸੀਗੇ ਜੀ, ਉਹ ਆਉਂਦਾ ਵਾ। ਪਹਿਲਾਂ ਘਰ ਆਉਂਦੇ ਆ ਅਤੇ ਸਾਨੂੰ ਕਹਿੰਦੇ ਵੀ ਜਥਾ ਸਾਹਿਬ ਕਿੱਥੇ ਆ, ਕਿਉਂਕਿ 1992 'ਚ ਜਦੋਂ ਬਾਪੂ ਜੀ ਜੇਲ੍ਹ ਤੋਂ ਆਏ ਆ, 3-4 ਮਹੀਨੇ ਸਾਡੇ ਕੋਲ ਰਹੇ ਲਗਾਤਾਰ ਜੀ, ਅਤੇ ਉਹ ਡੇਲੀ ਪਿੰਡ ਦੇ ਗੁਰਦੁਆਰਾ ਸਾਹਿਬ ਸੁਬਹਾ ਕਥਾ ਕਰਕੇ ਆਉਂਦੇ ਸੀਗੇ ਜੀ, ਅਤੇ ਉਸ ਦਿਨ ਵੀ ਕਥਾ ਕਰਨ ਗਏ ਹੋਏ ਸੀਗੇ, ਕਿਉਂਕਿ ਵੀ ਗੁਰਦੁਆਰਾ ਸਾਹਿਬ ਕਥਾ ਕਰਨ ਗਏ ਹੋਏ ਆ। ਤਾਂ ਇੰਸਪੈਕਟਰ ਮਗਰੀ ਉੱਥੇ ਗੁਰਦੁਆਰਾ ਸਾਹਿਬ ਚਲੇ ਜਾਂਦੇ ਆ, ਜਦੋਂ ਜਨ ਨੂੰ ਥੋੜ੍ਹੇ ਚਿਰ ਬਾਅਦ ਕਥਾ ਦਾ ਭੋਗ ਪੈ ਜਾਂਦਾ ਵਾ, ਅਰਦਾਸ ਬੇਨਤੀ ਹੋ ਜਾਂਦੀ ਆ, ਸਿੰਘਾਂ ਨੇ ਬਾਪੀ ਨੂੰ ਚੱਕ ਕੇ ਵੀ ਕਹਿੰਦੇ ਵੀ ਬਾਹਰ ਪੁਲਿਸ ਖੜ੍ਹੀ ਆ, ਉਹ ਕਹਿੰਦੇ ਕੋਈ ਗੱਲ ਨਹੀਂ, ਆਪਾਂ ਨੂੰ ਕਿਹੜਾ ਕੋਈ ਡਰ ਵਾ, ਅਤੇ ਜੇ ਭੱਜਣਾ ਹੁੰਦਾ ਉੱਥੋਂ ਹੀ ਭੱਜ ਸਕਦੇ ਸੀ, ਕਿਉਂਕਿ ਜਦੋਂ ਉਹਨਾਂ ਨੂੰ ਕੋਈ ਗਲਤ ਕੰਮ ਹੀ ਨਹੀਂ ਕੀਤਾ, ਉਹਨਾਂ ਨੂੰ ਡਰ ਕਾਹਦਾ ਸੀਗਾ, ਕਿਉਂਕਿ ਅੱਗੇ ਵੀ ਲੈ ਜਾਂਦੇ ਸੀਗੇ, ਲੈ ਜਾਂਦੇ ਸੀ, ਛੱਡ ਜਾਂਦੇ ਸੀਗੇ, ਕਦੇ 2 ਸਾਲ ਲਵਾ ਤੇ ਕਦੇ 1.5 ਸਾਲ ਲਵਾ ਤਾ, ਅਤੇ ਸਰਕਾਰਾਂ ਆਪ ਹੀ ਫੜ ਲੈਂਦੀਆਂ ਸੀਗੀਆਂ ਅਤੇ ਆਪ ਹੀ ਛੱਡ ਦਿੰਦੀਆਂ ਸੀਗੇ, ਕਦੇ ਉਹਨਾਂ ਨੇ ਜ਼ਮਾਨਤ ਨਹੀਂ ਕਰਵਾਈ ਸੀਗੀ ਜੀ। ਜਦੋਂ 25 ਦਸੰਬਰ ਨੂੰ ਲੈ ਕੇ ਜਾਂਦੇ ਆ, ਹਾਂ, ਇੱਕ ਤੋਂ ਗੁਰਦੁਆਰਾ ਸਾਹਿਬ ਤੋਂ ਸਣੇ ਸੰਗਤ ਸਾਰੇ ਘਰ ਆ ਜਾਂਦੇ ਆ, ਬਾਪੀ ਸਾਹਿਬ ਘਰ ਆਉਂਦੇ ਆ। ਉੱਥੇ ਜਦੋਂ ਉਹਨਾਂ ਨੂੰ ਕਹਿੰਦੇ ਵੀ ਚਲੋ ਜੀ ਤੁਹਾਨੂੰ ਲੈ ਕੇ ਜਾਣਾ, ਬਾਪੀ ਜੀ ਕਹਿੰਦੇ ਵੀ ਅਸੀਂ ਘਰ ਚੱਲਦੇ ਹਾਂ, ਇਸ਼ਨਾਨ ਪਾਣੀ ਕਰਾਂਗੇ ਦੁਆਰੇ, ਕਿਉਂਕਿ ਉਹਨਾਂ ਦੇ ਪੇਟ ਥੋੜ੍ਹਾ ਖਰਾਬ ਰਹਿੰਦਾ ਸੀਗਾ ਜੀ, ਪਹਿਲੇ ਗਲੇ ਆ ਜਾਂਦੇ ਅਤੇ ਇਸ਼ਨਾਨ ਪਾਣੀ ਕਰਕੇ ਇੱਥੇ ਸਾਰੀ ਸੰਗਤ ਬਾਹਰ ਖੜ੍ਹੀ ਸੀਗੀ ਜੀ, ਅਤੇ ਜਾਂਦੇ ਫਤਿਹ ਬੁਲਾ ਗਏ ਆ ਸਾਰੀ ਸੰਗਤ ਨੂੰ ਜੀ, ਕਹਿੰਦੇ ਵੀ ਲੱਗਦਾ ਸਰਕਾਰ ਆਪਦਾ ਘਾਰਾ ਕਰੂਗੀ ਜੀ, ਇਹ ਗੱਲ ਜਾਂਦੇ ਕਹਿ ਗਏ ਜਾਂਦੇ, ਕਿਉਂਕਿ ਭਜਨ ਪਾਠ ਕਰਨ ਵਾਲੇ ਸੀਗੇ, ਗਿਆਨ ਤਾਂ ਹੋਈ ਜਾਂਦਾ ਵਾ ਜੀ।
ਇਹੀ ਘਰ ਦੇ ਵਿੱਚ ਰਹਿੰਦੇ ਸੀਗੇ? ਇਸੇ ਘਰ, ਇਹੀ ਸਾਡਾ ਉਦੋਂ ਬਾਪੀ, ਹਾਂਜੀ ਹਾਂਜੀ ਜੀ, ਇਸੇ ਘਰ ਵਿੱਚ ਰਹਿੰਦੇ ਸੀਗੇ ਜੀ। ਤਾਂ ਜਦੋਂ 25 ਦਸੰਬਰ ਨੂੰ ਲੈ ਜਾਂਦੇ ਸਾਨੂੰ, ਮਾਤਾ ਸਾਡੀ ਉੱਥੇ ਭੈਣ ਕੋਲ ਗਈ ਹੋਈ ਸੀਗੀ। ਅੱਛਾ, ਮਾਤਾ ਜੀ ਘਰ ਨਹੀਂ ਸੀਗੇ? ਹਾਂਜੀ ਜੀ। ਅਤੇ ਉਸ ਤੋਂ ਬਾਅਦ ਜਦੋਂ ਘਰ ਆਉਂਦੇ ਆ, ਅਸੀਂ ਜਾਂਦੇ ਉੱਥੇ ਪੰਚਾਇਤਾਂ ਲੈ ਕੇ ਜਾਂਦੇ ਹਾਂ, ਬਹੁਤ ਵਾਰ ਬੰਦੇ ਹੋਰ ਪਿੰਡ ਦੇ ਜਾਂਦੇ ਆ। ਅਤੇ ਪਰ ਉਸ ਦਿਨ ਤੋਂ ਬਾਅਦ ਸਾਤੋਂ ਸਾਨੂੰ ਮਿਲ ਨਹੀਂ ਦਿੱਤਾ ਗਿਆ। 25 ਦਸੰਬਰ 1992 ਤੋਂ ਬਾਅਦ? ਹਾਂਜੀ, ਉਦੋਂ ਬਾਅਦ ਮਿਲ ਨਹੀਂ ਦਿੱਤਾ ਗਿਆ ਜੀ। ਮਾਤਾ ਜੀ ਉਸ ਦਿਨ ਤੁਸੀਂ ਘਰ ਨਹੀਂ ਸੀ, ਉਸ ਤੋਂ ਪਹਿਲਾਂ ਕੋਈ ਗੱਲਬਾਤ ਜਥੇਦਾਰ ਸਾਹਿਬ ਤੁਹਾਡੇ ਨਾਲ ਕਰਦੇ ਹੋਣਗੇ? ਗੱਲਬਾਤ ਤਾਂ ਕਰਦੇ ਸੀਗੇ ਜੀ, ਘਰ ਦੀ ਗੱਲ ਜੋ ਵੀ ਹੁੰਦੀ ਸੀ ਕਰਦੇ ਸੀਗੇ ਜੀ। ਉਸ ਦਿਨ ਤੁਸੀਂ ਕਿੱਥੇ ਸੀ? ਉੱਦਣ ਮੈਂ ਆਪਦੀ ਕੁੜੀ ਕੋਲ ਗਈ ਵੀ ਸੀਗੀ ਜੀ। ਪਹਿਲਾਂ 20 ਨੂੰ ਗਏ ਸੀਗੇ ਅਤੇ ਮੈਂ 22 ਨੂੰ ਮੁੜੇ, ਮੈਂ 23 ਨੂੰ ਫਿਰ ਚਲੀ ਗਈ ਸੀ ਉੱਥੇ, ਪਰ ਮੈਂ 25 ਨੂੰ ਮਤਲਬ ਮੁੜੀ ਸੀਗੀ। ਮੇਰੇ ਜਦੋਂ ਮੈਂ ਘਰ ਤਾਂ ਮੈਨੂੰ ਕਹਿੰਦੇ, ਦੋ ਕੁ ਬੁੜੀਆਂ ਆਉਂਦੀਆਂ ਸੀਗੀਆਂ, ਮੈਂ ਇੱਕ ਪਤਨਕਾਸ ਆਉਂਦੀਆਂ, ਅਤੇ ਕਹਿੰਦੇ ਇਹ ਬੱਚੇ ਕਹਿੰਦੇ ਬਾਪੂ ਨੂੰ ਲੈ ਕੇ ਪਏ ਅੱਜ ਹੈ। ਅਤੇ ਚਲੋ ਮੈਂ ਪ੍ਰਸ਼ਾਦਾ ਤਿਆਰ ਕਰਕੇ ਲੈ ਕੇ ਗਏ ਜਥੇਦਾਰ ਸਾਹਿਬ। ਹਾਂਜੀ, ਅਤੇ ਉਹਨਾਂ ਨੇ ਪਰ ਉੱਥੇ ਰੱਖੇ ਗਏ ਸੀਗੇ ਤੇ 3 ਦਿਨ ਅਸੀਂ ਉੱਥੇ ਜਾਂਦੇ ਰਹੇ ਜੀ। ਤੇ ਸਾਤੋਂ ਪ੍ਰਸ਼ਾਦਾ ਫੜ ਲੈਂਦੇ ਸੀਗੇ ਜੀ, ਤੇ ਸਾਨੂੰ ਇਹ ਨਹੀਂ ਪਤਾ ਸੀ ਵੀ ਉਹ ਛਕਦੇ ਸੀਗੇ, ਆਪ ਹੀ ਛਕਦੇ ਸੀਗੇ ਜੀ। ਅਤੇ ਸਾਨੂੰ ਉੱਥੇ ਕੋਲ ਕੋਈ ਡਾਕਟਰ ਸੀਗਾ ਅਤੇ ਉਹ ਕਹਿੰਦੇ ਮੈਂ ਦਵਾਈ ਦੇਣ ਜਾਂਦਾ ਜੀ, ਬਾਹਲੇ ਕੁੱਟੇ ਹੋਏ ਆ। ਅਤੇ ਇੱਕ ਕਲੇਰਾਂ ਦੀ ਬੁੜੀ ਸੀ, ਉਹ ਕਹਿੰਦੀ ਤੁਸੀਂ ਮੈਨੂੰ ਬੈਸਰਾ ਲਿਆ ਦਿਓ। ਇਹ ਗੱਲ ਕਿੰਨੇ ਦਿਨਾਂ ਬਾਅਦ ਤੁਹਾਨੂੰ ਪਤਾ ਲੱਗਦੀ ਆ ਜਾਂ? ਇਹ 3 ਦਿਨ ਦੀ ਗੱਲ ਆ ਜੀ। ਕਹਿੰਦੀ ਬੈਸਰਾ ਲਿਆ ਦਿਓ ਸਾਨੂੰ ਜੀ, ਅਤੇ ਅਸੀਂ ਬੈਸਰ ਦੇ ਆਏ ਜੀ। ਉਦੋਂ ਬਾਅਦ ਅਸੀਂ ਆਪਣੇ ਠਾਣੇ ਗਏ, ਫਿਰ ਕਦੇ ਸਟਾਫ, ਫਿਰ 3-4 ਦਿਨ ਸਟਾਫ ਜਾਂਦੇ ਰਹੇ ਜੀ, ਕਦੇ ਕਿਸੇ ਨੂੰ ਲੈ ਕੇ, ਕਦੇ ਕਿਸੇ ਨੂੰ ਲੈ ਕੇ, ਪਰ ਉਹਨਾਂ ਨੇ ਮਿਲ ਲਿੱਤਾ ਸਾਨੂੰ। ਜਥੇਦਾਰ ਸਾਹਿਬ ਨਾਲ ਉਸ ਤੋਂ ਬਾਅਦ ਤੁਹਾਡੀ ਮੁਲਾਕਾਤ? ਨਾ ਜੀ, ਜੋ ਘਰੋਂ ਲੈ ਕੇ ਸਾਨੂੰ ਕਿਸੇ ਨੂੰ ਦਿਖਾਇਆ ਹੀ ਨਹੀਂ ਗਿਆ ਜੀ। ਉਸ ਤੋਂ ਬਾਅਦ ਤੁਹਾਨੂੰ ਲੱਗਿਆ ਕਿ ਕਿਸ ਤਰ੍ਹਾਂ ਕੋਰਟ ਦਾ ਰੁੱਖ ਕਰਨਾ ਚਾਹੀਦਾ, ਉਸ ਤਰ੍ਹਾਂ ਦੀ ਕੋਈ ਕਾਨੂੰਨੀ ਕਾਰਵਾਈ ਵੀ ਫਿਰ ਉਸ ਤੋਂ ਬਾਅਦ ਕੀਤੀ ਤੁਸੀਂ ਕਿਸੇ ਤਰ੍ਹਾਂ? ਹਾਂਜੀ, ਅਸੀਂ ਚੰਡੀਗੜ੍ਹ ਗਏ ਸੀਗੇ ਜੀ, ਉੱਥੋਂ ਲੈ ਕੇ ਆਉਂਦਾ ਅਫਸਰ, ਅਤੇ ਸਾਨੂੰ ਉੱਥੇ ਸਾਰੀ ਦਿਹਾੜੀ ਫਿਰਦਿਆਂ ਨੂੰ ਮਤਲਬ ਕਬੀਲਾ ਹੋ ਗਿਆ। ਅਸੀਂ ਰਾਤ ਨੂੰ ਘਰ ਆਏ ਜੀ, ਅਤੇ ਅਸੀਂ ਆਖਿਆ ਵੀ ਜਿੱਥੇ ਪ੍ਰਸ਼ਾਦਾ ਜਾਊਗਾ ਵੀ ਉੱਥੇ ਹੀ ਰੇਟ ਮਾਰਾਂਗੇ। ਅਤੇ ਕਿਉਂ ਕਦੇ ਸਟਾਫ 'ਚ ਲੈ ਜਾਂਦੇ ਸੀ, ਕਦੇ ਠਾਣੇ ਲਿਆਉਂਦੇ ਸੀ ਜੀ। ਅਤੇ ਉਦੋਂ ਸਾਨੂੰ ਕੁਛ ਪਤਾ ਨਹੀਂ ਲੱਗਿਆ, ਅਤੇ ਦੂਜੇ ਦਿਨ ਫਿਰ ਅਸੀਂ ਪਹਿਲਾਂ ਜਲ ਪਾਣੀ ਭੇਜਿਆ ਠਾਣੇ, ਉਹਨਾਂ ਨੇ ਵਾਪਸ ਕਰਤਾ ਜੀ। ਫਿਰ ਸਟਾਫ 'ਚ ਗਿਆ ਫਿਰ ਉਹਨਾਂ ਨੇ, ਫਿਰ ਅਸੀਂ ਰਾਤ ਨੂੰ ਮਤ ਰੇਟ ਕੀਤੀ ਜੀ, ਸਾਨੂੰ ਕੁਛ ਨਹੀਂ ਮਿਲਿਆ। ਫਿਰ ਵੀ ਤੁਹਾਨੂੰ ਜਥੇਦਾਰ ਸਾਹਿਬ ਨਹੀਂ ਮਿਲਿਆ? ਜਦੋਂ ਤੁਸੀਂ ਗੱਲਬਾਤ ਕੀਤੀ ਉੱਥੇ ਜਾ ਕੇ, ਤੁਹਾਨੂੰ ਕੀ ਕਿਹਾ ਵੀ ਕਿੱਥੇ ਨੇ ਜਥੇਦਾਰ ਸਾਹਿਬ, ਕਿਉਂਕਿ ਗ੍ਰਿਫਤਾਰੀ ਤਾਂ ਉਹਨਾਂ ਦੀ ਹੋਈ ਸੀ? ਉਹ ਕਹਿੰਦੇ ਜਦੋਂ ਅਸੀਂ ਥਾਣੇ ਪੁੱਛਿਆ, ਉਹਨੇ ਪੁੱਛਿਆ ਆਪਣੇ ਜਿਹੜਾ ਚੰਡੀਗੜ੍ਹ ਅਫਸਰ ਸੀ, ਅਤੇ ਕਹਿੰਦੇ ਵੀ ਇਹਨੇ ਗਫੇ ਕਹਿੰਦੇ ਉਸਦਾ ਲੈ ਕੇ ਨਹੀਂ ਆਉਂਦੇ। ਅੱਛਾ, ਲਿਆਂਦੇ ਹੀ ਨਹੀਂ ਸੀ ਜੀ। ਗ੍ਰਿਫਤਾਰੀ ਸਮੇਂ ਇੰਸਪੈਕਟਰ ਗੁਰਮੀਤ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਅਧਿਕਾਰੀ ਹੋਣਗੇ ਜਾਂ ਫਿਰ ਉਹੀ ਮੇਨ ਤੌਰ 'ਤੇ ਆਏ ਸੀ ਆਪਣੇ? ਉਦੋਂ ਘਰੇ ਉਹ ਇੰਸਪੈਕਟਰ ਗੁਰਮੀਤ ਸਿੰਘ ਆਏ ਸੀ ਨਾਲ, ਉਹਦੇ 500 ਜਣੇ ਪੁਲਿਸ ਮੁਲਾਜ਼ਮ ਸੀਗੇ ਜੀ, ਉਹ ਘਰੋਂ ਲੈ ਗਏ ਆ ਜੀ। ਅਤੇ 20 ਦਸੰਬਰ ਨੂੰ ਕੋਈ ਲੈ ਗਿਆ ਸੀਗਾ, 25 ਦਸੰਬਰ ਨੂੰ ਕੋਈ ਲੈ ਗਿਆ ਸੀਗਾ ਜੀ। ਅਤੇ ਮੁੜ ਕੇ ਜਿਹੜੀ ਇਹਨਾਂ ਨੇ ਕਹਾਣੀ ਬਣਾਈ ਆ, ਉਹ ਤਾਂ ਆਪਾਂ ਨੂੰ ਪਤਾ ਹੀ ਸੀਗਾ ਵੀ ਉਦੋਂ ਅਖਬਾਰਾਂ 'ਤੇ ਡੇਲੀ ਆਉਂਦੀ ਸੀਗੀ ਵੀ ਫਲਾਣੇ ਥਾਂ ਭਗੌੜਾ ਹੋ ਗਿਆ, ਫਲਾਣੇ ਥਾਂ, ਕਿਉਂਕਿ ਉਦੋਂ ਹਾਲਾਤ ਹੀ ਅਜਿਹੇ ਸੀਗੇ, ਕੋਈ ਕਾਨੂੰਨ ਦੀ ਸੁਣਵਾਈ ਨਹੀਂ, ਕੋਈ ਕੁਛ ਨਹੀਂ ਸੀਗੇ ਜਾਣਦੇ। ਉਦੋਂ ਨੌਜਵਾਨ ਦੀ ਖੂਨ ਦੀ ਹੋਲੀ ਖੇਡੀ ਗਈ, ਉਦੋਂ ਸਾਰਿਆਂ ਨੂੰ ਪਤਾ ਹੀ ਆਈ। ਬਿਲਕੁਲ ਬਿਲਕੁਲ, ਕਈ ਕਈ ਪਿੰਡਾਂ 'ਚ ਤਾਂ 20-20 ਸਾਲ ਬਰਾਤਾਂ ਨੂੰ ਚੜੀਆਂ। ਪਰ ਇਹ ਜਦੋਂ ਜਥੇਦਾਰ ਸਾਹਿਬ ਨੂੰ ਗ੍ਰਿਫਤਾਰ ਕਰਕੇ ਲੈ ਕੇ ਜਾਂਦੇ ਨੇ, ਇਹ ਜਦੋਂ ਤੁਹਾਨੂੰ ਪਤਾ ਲੱਗਦਾ ਕਿ ਆਹ ਵਾਲਾ ਭਾਣਾ ਜਿਹੜਾ ਹੈਗਾ ਵਾਪਰ ਗਿਆ, ਇਹ ਤੁਹਾਨੂੰ ਕਿਵੇਂ ਪਤਾ ਲੱਗਦਾ? ਇਹ 4 ਤਰੀਕ ਨੂੰ ਖਬਰ ਆਈ ਅਖਬਾਰ 'ਚ ਜੀ, ਬਾਕੀ ਸਾਨੂੰ ਠੰਡ 'ਚ ਪਤਾ ਲੱਗਦਾ ਸੀਗਾ ਜੀ। ਪੁਲਿਸ ਵਾਲੇ ਜਦੋਂ ਸਟਾਫ ਸੀਗੇ, ਪੁਲਿਸ ਦੱਸਦੇ ਸੀਗੇ, ਅਤੇ ਦਵਾਈ ਦੇਣ, ਇੱਕ ਪੁਲਿਸ ਵਾਲਾ ਦਵਾਈ ਲੈਣ ਆਇਆ, ਅਤੇ ਮੈਂ ਕਿਹਾ ਭਾਈ ਕਿਵੇਂ ਬੈਠ ਸਕਦੇ ਕਿ ਨਹੀਂ ਜੀ। ਵਿਚਾਰਿਆਂ ਤੋਂ 9 ਨੂੰ ਦੱਸਦੇ ਸੀ। ਅੱਛਾ, ਉਹ ਦੱਸ ਦਿੰਦੇ ਸੀ ਜੀ, ਕਿਉਂਕਿ ਉਸ ਟਾਈਮ ਇੰਨਾ ਕੁ ਤਸੱਦਦ ਕੀਤਾ ਸੀਗਾ। ਹਾਂ, ਬਹਿ ਤਾਂ ਕੀ ਸੱਦੇ ਜਾਂਦੇ, ਉਹ ਢੋ ਲਾ ਕੇ ਵੀ ਨਹੀਂ ਬੈਠ ਸਕਦੇ ਸੀਗੇ। ਅੱਛਾ, ਜਥੇਦਾਰ ਸਾਹਿਬ ਇੰਨਾ ਕੁ ਤਸੱਦਦ ਕੀਤਾ ਸੀਗਾ, ਕਹਿੰਦੇ ਉੱਥੇ ਕਈ ਉਦੋਂ ਲੋਕ ਹੋਰ ਵੀ ਫੜੇ ਹੁੰਦੇ ਸੀਗੇ, ਦੱਸਦੇ ਆ ਕਹਿੰਦੇ ਇੰਨਾ ਕੁ ਤਸੱਦਦ ਕੀਤਾ ਜਾਂਦੇ, ਕਹਿੰਦੇ ਕਹਿਣ ਤੋਂ ਬਾਹਰ ਆ ਜਾਂਦੇ, ਇੰਨਾ ਆਪਾਂ ਕਹਿੰਦੇ ਜਾਨਵਰਾਂ ਨੂੰ ਕਰਦੇ ਜੋ ਉਹਨਾਂ ਨਾਲ ਸਲੂਕ ਕੀਤਾ ਸੀਗਾ ਜੀ।
ਸਿਰਫ ਕਸੂਰ ਇਹ ਸੀਗਾ ਉਹ ਧਰਮ ਦਾ ਪ੍ਰਚਾਰ ਕਰਦੇ ਸੀਗੇ ਬਾਣੀ ਨਾਲ ਜੁੜਦੇ ਅੰਮ੍ਰਿਤ ਛਕਾਉਂਦੇ ਸੀਗੇ ਸਰਕਾਰਾਂ ਨੂੰ ਇਹ ਚੀਜ਼ਾਂ ਚੰਗੀਆਂ ਲੱਗਦੀਆਂ ਜਥੇਦਾਰ ਸਾਹਿਬ ਦੇ ਠੁੱਡੇ ਮਾਰੇ ਜਾਂਦੇ ਨੇ ਉਹ ਵੀ ਇਸ ਹਾਂਜੀ ਇਹ ਵੀ ਦੱਸਦੇ ਕਹਿੰਦੇ ਵੀ ਉਹਨਾਂ ਠੁੱਡੇ ਮਾਰੇ ਗਏ ਆ ਪੁੱਠੇ ਲੰਕਰਿਆਂ ਦੇ ਠੀਕ ਹੈ ਜੀ ਸੁਣਿਆ ਇਹ ਵੀ ਆ ਕਹਿੰਦੇ ਵੀ ਇੱਕ ਅੱਖ ਉਹਨਾਂ ਦੀ ਕੱਢ ਦਿੱਤੀ ਬਾਹਰ ਲੰਕਦੀ ਸੀਗੀ ਜੀ ਜਿਹਦੇ ਨਾਲ ਇੰਨਾ ਕੁਛ ਕੀਤਾ ਹੋਵੇ ਉਹ ਦੋ ਕਰਮ ਤੁਰ ਕੇ ਦਿਖਾਵੇ ਬਿਲਕੁਲ ਇਹ ਕਹਿੰਦੇ ਭੱਜ ਗਏ ਅਖਬਾਰ ਦੀਆਂ ਖਬਰਾਂ ਕੀ ਕਹਿੰਦੀਆਂ ਸੀ ਜਦੋਂ ਇਹ ਕਹਾਣੀ ਸਾਰੀ ਪੁਲਿਸ ਦੇ ਵੱਲੋਂ ਬਣਾਈ ਗਈ ਕਿ ਕਿਸ ਤਰ੍ਹਾਂ ਉਹ ਫਰਾਰ ਹੋਏ ਕਿਉਂ ਹੋਏ ਕਿੱਥੋਂ ਹੋਏ ਅਖਬਾਰ ਦੀਆਂ ਖਬਰਾਂ ਤਾਂ ਉਸ ਟਾਈਮ ਜਾਂਦੇ ਤਕਰੀਬਨ 6-7 ਮਹੀਨੇ ਵਿਹਲੀ ਅਖਬਾਰਾਂ 'ਚ ਭਰਿਆ ਹੁੰਦਾ ਸੀਗਾ ਕਿਉਂਕਿ ਉਹਨਾਂ ਨੂੰ ਪਤਾ ਹੀ ਸੀਗਾ ਵੀ ਇਹ ਚੱਲਦਾ ਰਹਿੰਦਾ ਸੀਗਾ ਵੀ ਹਰੇਕ ਜਿੰਨੀ ਵੀ ਉਦੋਂ ਜਗਮੀਤ ਬਰਾੜ ਵੀ ਸੀਗਾ ਜਾਂਦੇ ਜਾਂ ਆਪਣੇ ਮਾਨ ਸਾਹਿਬ ਸੀਗੇ ਬਾਦਲ ਸਾਹਿਬ ਸੀ ਸਾਰਿਆਂ ਨੇ ਕਿਹਾ ਸੀਗਾ ਵੀ ਸਾਡੇ ਜਥੇਦਾਰ ਨੂੰ ਸ਼ਹੀਦ ਕੀਤਾ ਗਿਆ ਵਾ ਜੀ ਅਤੇ ਕਿਉਂਕਿ ਕਿਸੇ ਕਿਉਂਕਿ ਭੱਜਣਾ ਤਾਂ ਉਹਨਾਂ ਦੇ ਕਦੇ ਮਨ ਚਿੱਤ ਨਹੀਂ ਸੀਗਾ ਜੀ ਜਦੋਂ ਪਹਿਲਾਂ ਉਹਨਾਂ ਨੂੰ ਗ੍ਰਿਫਤਾਰ ਕਰਨ ਆਉਂਦੇ ਹੁੰਦੇ ਸੀ ਉਹ ਗ੍ਰਿਫਤਾਰੀ ਦਿੰਦੇ ਰਹਿੰਦੇ ਕਦੇ ਹਾਂਜੀ ਕਦੇ ਵੀ ਜਦੋਂ ਵੀ ਪੁਲਿਸ ਸਾਡੇ ਘਰ ਆਈ ਆ ਜੀ ਕਦੇ ਵੀ ਸਾਡੇ ਘਰ ਕੋਈ ਨਜਾਇਜ਼ ਕੋਈ ਅਸਲਾ ਨਾ ਕੋਈ ਆਪਣੇ ਗੈਰ ਕਾਨੂੰਨੀ ਕੋਈ ਚੀਜ਼ ਸਾਡੇ ਘਰੋਂ ਮਿਲੀ ਆ ਜੀ ਲੈ ਜਾਂਦੇ ਸੀਗੇ ਛੱਡ ਜਾਂਦੇ ਸੀਗੇ ਜੀ ਕਈ ਵਾਰ ਕੋਈ ਵਾਰਦਾਤ ਹੋਣੀ ਆਸੇ ਪਾਸੇ ਪੁਲਿਸ ਕਈ ਵਾਰ ਲੇਟ ਹੋ ਜਾਂਦੀ ਸੀਗੀ ਬਾਪੂ ਜੀ ਹੱਸ ਕੇ ਕਹਿ ਜਾਂਦੇ ਸੀਗੇ ਮੈਂ ਤਾਂ ਤੁਹਾਨੂੰ ਸਵੇਰ ਦਾ ਡਿੱਗੀ ਤੁਸੀਂ ਲੇਟ ਹੋ ਗਏ ਅੱਛਾ ਇਹ ਗੱਲਾਂ ਬਸ ਕਿਉਂਕਿ ਕਾਰਨ ਕੀ ਸੀਗਾ ਕੌਮ ਇਹਨਾਂ 'ਤੇ ਯਕੀਨ ਕਰਦੀ ਸੀਗੀ ਇੱਕ ਆਵਾਜ਼ 'ਤੇ ਇਹਨਾਂ ਦੇ ਇਕੱਠੀ ਹੁੰਦੀ ਸੀ ਕੌਮ ਬਿਲਕੁਲ ਸਰਕਾਰਾਂ ਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਸੀਗੀਆਂ ਜਥੇਦਾਰ ਸਾਹਿਬ ਦੀ ਜਿਹੜੀ ਗ੍ਰਿਫਤਾਰੀ ਹੁੰਦੀ ਆ ਉਹਦੇ ਕਾਰਨ ਇਹ ਮੰਨੇ ਜਾਂਦੇ ਸੀ ਕਿ ਇੱਥੇ ਤੁਹਾਡੇ ਪਿੰਡ ਦੇ ਵਿੱਚ ਕਿਸ ਤਰ੍ਹਾਂ ਦਾ ਕੋਈ ਕਤਲ ਹੁੰਦੇ ਨੇ ਉਸ ਤੋਂ ਬਾਅਦ ਸਾਰਾ ਉਹਨਾਂ ਦੇ ਨਾਮ ਦੇ ਨਾਲ ਜੋੜਿਆ ਜਾਂਦਾ ਦੇਖੋ ਜੀ ਕਤਲ ਤਾਂ ਪਹਿਲਾਂ ਵੀ ਹੋਏ ਆ ਜਾਂ ਬਾਅਦ 'ਚ ਵੀ ਹੋਏ ਆ ਠੀਕ ਹੈ ਜੀ ਕਿਉਂਕਿ ਉਹ ਤਾਂ ਇੱਕ ਸਰਕਾਰ ਨੇ ਬਣਾ ਲਿਆ ਸਰਕਾਰ ਨੇ ਬਣਾ ਲਿਆ ਇੱਕ ਵੀ ਉਹਨੂੰ ਮੂਹਰਾ ਬਣਾਤਾ ਬਿਲਕੁਲ ਉਹ ਪਰਿਵਾਰ ਤਾਂ ਬਾਅਦ ਵੀ ਵਰਤਦਾ ਰਿਹਾ ਵਾ ਤੁਹਾਡੇ ਨਾਲ ਉਹ ਪਰਿਵਾਰ ਵਰਤਦਾ ਰਿਹਾ ਜੀ ਜੀ ਪਰ ਕਹਿੰਦੇ ਹੁੰਦੇ ਨਾ ਵੀ ਸਰਕਾਰਾਂ ਦੇ ਸਰਕਾਰਾਂ ਹੀ ਜਾਣਨ ਬਿਲਕੁਲ ਇੱਕ ਕਹਾਣੀਆਂ ਬਣਾਉਂਦੇ ਸੀਗੇ ਕਹਾਣੀਆਂ ਬਣਾ ਕੇ ਛੱਡ ਦਿੰਦੇ ਸੀਗੇ ਜੀ ਜਥੇਦਾਰ ਸਾਹਿਬ ਕੋਲ ਕੋਈ ਆਪਣਾ ਹਥਿਆਰ ਸੀ ਆਪਦੀ ਸੇਫਟੀ ਵਾਸਤੇ ਹਥਿਆਰ ਰੱਖਦੇ ਸੀ ਜਥੇਦਾਰ ਸਾਹਿਬ ਨਹੀਂ ਜੀ ਉਹਨਾਂ ਕੋਲ ਕੋਈ ਹਥਿਆਰ ਨਹੀਂ ਸੀਗਾ ਆਪਣਾ ਕੋਈ ਹਥਿਆਰ ਨਹੀਂ ਹਥਿਆਰ ਨਹੀਂ ਸੀਗਾ ਸ੍ਰੀ ਸਾਹਿਬ ਤੋਂ ਇਲਾਵਾ ਕੁਝ ਨਹੀਂ ਰੱਖਦੇ ਨਹੀਂ ਜੀ ਉਹਨਾਂ ਕੋਲ ਕੋਈ ਹਥਿਆਰ ਨਹੀਂ ਸੀਗੇ ਜਾਂਦੇ ਸ੍ਰੀ ਸਾਹਿਬ ਵੀ ਹੁੰਦਾ ਸੀਗਾ ਉਹ ਤਾਂ ਇਹ ਗੱਲ ਕਹਿੰਦੇ ਸੀਗੇ ਜਦੋਂ ਮੌਤ ਆਉਣੀ ਆ ਉਦੋਂ ਕੋਈ ਹਥਿਆਰ ਨਹੀਂ ਚੜਨਾ ਜੀ ਦੇਖੋ ਕਹਿੰਦੇ ਜੇ ਰੱਖਿਆ ਕਰਨੀ ਆ ਨਾ ਜੀ ਪਰਮਾਤਮਾ ਨੇ ਕਰਨੀ ਆ ਉਦੋਂ ਵੈਸੇ ਉਹ ਇੱਕ ਦੋ ਸਿੰਘਾਂ ਕੋਲ ਹਥਿਆਰ ਹੁੰਦੇ ਸੀਗੇ ਜਾਂਦੇ ਲਾਇਸੈਂਸ ਸੀ ਜਿਵੇਂ ਜਿਹੜੇ ਸਿੰਘ ਨਾਲ ਹੁੰਦੇ ਸੀਗੇ ਜਾਂਦੇ ਉਹਨਾਂ ਕੋਲ ਹਥਿਆਰ ਹੁੰਦੇ ਸੀ ਜਾਂਦੇ ਜੀ ਔਰ ਸਰਕਾਰ ਉਹ ਵੀ ਚੱਕ ਲੈ ਗਈ ਮੁੜ ਕੇ ਉਹ ਪਤਾ ਨਹੀਂ ਕੀ ਕੀਤਾ ਉਹਨਾਂ ਨੇ ਉਹ ਵੀ ਨਹੀਂ ਉਹਨਾਂ ਦੇ ਵਾਪਸ ਕੀਤੇ ਸੀਗੇ ਜੀ ਉਹ ਸਿੰਘਾਂ 'ਤੇ ਵੀ ਫਿਰ ਤਸੱਦਰ ਕੀਤਾ ਹੋਣਾ ਉਹਨਾਂ ਨੂੰ ਹਾਂਜੀ ਹਾਂਜੀ ਹੁਣ ਉਹ ਵਿਚਾਰੇ ਕੁਛ ਕਈ ਤਾਂ ਵਿਚਾਰੇ ਆਪਣੇ ਕਾਰ ਚਲਾਉਣ ਕਰ ਗਏ ਆ ਜੀ ਜ਼ਿਆਦਾਤਰ ਕੁਛ ਇੱਕ ਦੋ ਹੈਗੇ ਜਾਂਦੇ ਉਹਨਾਂ ਦੀ ਉਮਰ ਕਾਫੀ ਹੋ ਗਈ ਹੋਣੀ ਹਾਂਜੀ 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 ਜੀ ਮਾਤਾ ਜੀ ਜਦੋਂ ਪਰਿਵਾਰ ਦੀ ਗੱਲ ਹੁੰਦੀ ਆ ਆਪਾਂ ਬਹੁਤ ਸਾਰੀਆਂ ਗੱਲਾਂ ਪਰਿਵਾਰ 'ਚ ਸਾਂਝੀਆਂ ਕਰਦੇ ਹਾਂ ਹਾਂਜੀ ਕਿਉਂਕਿ ਜਿਹੜਾ ਇੱਕ ਪਤਨੀ ਦਾ ਰਿਸ਼ਤਾ ਹੁੰਦਾ ਬੜਾ ਖਾਸ ਰਿਸ਼ਤਾ ਹੁੰਦਾ ਜਥੇਦਾਰ ਸਾਹਿਬ ਕੋਈ ਸ਼ੰਕਾ ਕਰਦੇ ਸੀ ਜਾਂ ਜਥੇਦਾਰ ਸਾਹਿਬ ਨੂੰ ਲੱਗਦਾ ਹੁੰਦਾ ਸੀ ਵੀ ਐਵੇਂ ਹੋ ਸਕਦਾ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਹਾਂਜੀ ਹਾਂਜੀ ਮਤਲਬ 5-6 ਮਹੀਨੇ ਪਹਿਲਾਂ ਜ਼ਮੀਨ ਵੀ ਇਹਨਾਂ ਦੇ ਨਾਲ ਬੱਚਿਆਂ ਦੇ ਕਰਾਇਆ ਜਾਂਦੇ ਅਤੇ ਮੈਂ ਹਜੇ ਆਖਿਆ ਮੈਂ ਕਿਹਾ ਤੁਸੀਂ ਜ਼ਮੀਨ ਕਾਹਤੋਂ ਕਰਾ ਤੀ ਕਹਿੰਦੇ ਕੀ ਪਤਾ ਹੁੰਦਾ ਵਾ ਬਈ ਮੈਂ ਕਦੋਂ ਜੇਲ੍ਹ ਚਲਿਆ ਜਾਣਾ ਵਾ ਹਾਂਜੀ ਕੋਈ ਵੀ ਚੀਜ਼ ਸੀ ਕਹਿਣਾ ਤੁਹਾਡੀ ਚੀਜ਼ ਐਂ ਕਰੋ ਸਨ ਮੈਂ ਕਹਿਣਾ ਤੁਸੀਂ ਕੋਈ ਨਾ ਮੈਂ ਵੀ ਹੈਗਾ ਘਰ ਅਤੇ ਮੈਂ ਕੀ ਪਤਾ ਕਦੋਂ ਜੇਲ੍ਹ ਚਲਿਆ ਜਾਣਾ ਤੁਸੀਂ ਐਂ ਕਰਿਓ ਅਤੇ ਇਹ ਬੱਚਾ ਇੱਥੇ ਟੂਟੀ ਤਾਂ ਹੁੰਦਾ ਸੀਗਾ ਅਤੇ ਇਹਨੂੰ ਬੁੱਕ 'ਚ ਲੈ ਕੇ ਕਹਿੰਦੇ ਦੇਖ ਲਾ ਹੁਣ ਤੂੰ ਮੇਰੇ ਨਾ ਮੁੱਢੇ ਆਉਣ ਲੱਗ ਗਿਆ ਆਪਦੀ ਮਾਂ ਦੇ ਆਖੇ ਲੱਗਿਆ ਕਰੋ ਮੈਂ ਤੁਹਾਨੂੰ ਘੂਰਦਾ ਚੰਗਾ ਨਹੀਂ ਲੱਗਦਾ ਹੈਗਾ ਅਤੇ ਐਂ ਸਮਝਾਉਂਦੇ ਸੀ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਇਸ ਗੱਲ ਦਾ ਪਹਿਲਾਂ ਤੋਂ ਸ਼ੰਕਾ ਸੀ ਵੀ ਇਸ ਤਰ੍ਹਾਂ ਵਾਪਰ ਸਕਦਾ ਹਾਂਜੀ ਇਹ ਮਤਲਬ ਉਹਨਾਂ ਨੇ ਇਹੀ ਗੱਲ ਕਹਿੰਦਾ ਸੀਗਾ ਜਦੋਂ ਵੀ ਅਰਦਾਸ ਕਰਨ ਇਹ ਕਹਿਣਾ ਵੀ ਮੈਂ ਹੱਡ ਗੋਡੇ ਰਲਾਉਂਦਾ ਨਾ ਮੈਂ ਸੀਧ ਹੋਵਾਂ ਕੌਮ ਦੀ ਖਾਤਰ ਜਦੋਂ ਵੀ ਅਰਦਾਸ ਕਰਦੇ ਇਹ ਨਹੀਂ ਕਰ ਰਹੇ ਸੀ ਜਦੋਂ ਕੌਮ ਦੀ ਗੱਲ ਆਉਂਦੀ ਆ ਇਹ ਵੀ ਹੁੰਦਾ ਕਿ ਜਦੋਂ ਉਹ ਸਮਾਂ ਸੀਗਾ ਜਿਹੜਾ ਉਸ ਸਮੇਂ ਦੇ ਉੱਤੇ ਕੌਮ ਦੇ ਵਿੱਚ ਲੀਡਰਾਂ ਨੂੰ ਲੈ ਕੇ ਬਹੁਤ ਸਾਰੇ ਲੀਡਰ ਕਹਿੰਦੇ ਸੀ ਕਿ ਅਸੀਂ ਕੌਮ ਦੇ ਰਾਖੇ ਹਾਂ
ਇਸ ਤਰ੍ਹਾਂ ਉਦੋਂ ਕਦੇ ਜਥੇਦਾਰ ਸਾਹਿਬ ਨੇ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਵੀ ਕੌਮ ਦਾ ਆਹ ਬੰਦੇ ਕਿਤੇ ਨੁਕਸਾਨ ਨਾ ਕਰ ਦੇਣ ਜਾਂ ਆਹ ਬੰਦੇ ਮੈਨੂੰ ਇਸ ਤਰ੍ਹਾਂ ਨਾ ਕਰ ਦੇਣ ਜਾਂ ਉਦੋਂ ਹੁੰਦਾ ਹੀ ਆ ਪਰਿਵਾਰਾਂ 'ਚ ਕਈ ਵਾਰੀ ਕਦੇ ਕੀਤਾ ਸਾਂਝਾ ਤੁਹਾਡੇ ਨੇ ਇਸ ਗੱਲ ਨੂੰ ਲੈ ਕੇ ਅਤੇ ਉਹਦਾ ਇਸ ਤਰ੍ਹਾਂ ਕਹਿੰਦੇ ਉਹਨਾਂ ਨੂੰ ਨਾ ਮਤਲਬ ਵੀ ਸਾਰੇ ਆਪਦੇ ਹੀ ਲੱਗਦੇ ਸੀ ਉਹਨਾਂ ਨੂੰ ਇਹ ਨਹੀਂ ਮਤਲਬ ਸੀਗਾ ਵੀ ਕੋਈ ਪਾਰਟੀ ਦਾ ਆ ਜਾਵੇ ਉਹਨਾਂ ਨੂੰ ਇਹ ਨਹੀਂ ਸੀਗਾ ਆਪਦੇ ਲੱਗਦੇ ਸੀ ਬੰਦੇ ਬਸ ਉਹਨਾਂ ਤਾਂ ਜਦੋਂ ਆ ਜਾਣਾ ਆਪ ਸਿੰਘ ਆ ਅਤੇ ਕਿੰਨੀ ਬਾਣੀ ਪੜ੍ਹਦਾ ਵਾਂ ਅਤੇ ਅੰਮ੍ਰਿਤ ਛਕਿਆ ਕਦੋਂ ਛਕਿਆ ਨਹੀਂ ਛਕਿਆ ਅਤੇ ਤੁਸੀਂ ਅੰਮ੍ਰਿਤ ਛਕੋ ਬਾਣੀ ਪੜ੍ਹੋ ਅਤੇ ਬਸ ਆਹੀ ਕਹਿੰਦੇ ਸੀ ਜਥੇਦਾਰ ਸਾਹਿਬ ਦੀ ਜਦੋਂ ਰੂਟੀਨ ਕੀ ਰਹਿੰਦਾ ਸੀ ਜਥੇਦਾਰ ਸਾਹਿਬ ਦਾ ਸੁਬਾਹ ਕਹਿੰਦੇ ਜਥੇਦਾਰ ਸਾਹਿਬ ਬੜਾ ਜਲਦੀ ਉੱਠ ਜਾਂਦੇ ਸੀਗੇ ਹਾਂਜੀ ਉਹ ਸਾਰੇ ਉੱਠ ਕੇ ਉਹਦੇ ਨਿਤ ਨੇ ਪਹਿਲਾਂ ਕਰਦੇ ਸੀਗੇ 10-11 ਵਜੇ ਤਾਂ ਨਿਤ ਨੇ ਕਰਦੇ ਸੀ ਜੇ ਕੋਈ ਸਿੰਘ ਆ ਵੀ ਜਾਣ ਮਿਲਣ ਉਹਨਾਂ ਨੂੰ ਮਤਲਬ ਇਸ਼ਾਰਾ ਕਰ ਬਹਿ ਜਾਓ ਤੁਸੀਂ ਜੀ ਮੇਰੇ ਪਤਾ ਸੀ ਵੀ ਨਿੱਤਰ ਥੋੜ੍ਹਾ ਚਿਰ ਉਹਨਾਂ ਨਾਲ ਗੱਲਾਂ ਕਰਕੇ ਫਿਰ ਕਈ ਵਾਰ ਜੇ ਸੰਗਤ ਬਾਹਲੀ ਆ ਜਾਣੀ ਫਿਰ ਰਾਤ ਨੂੰ ਵੱਡੀ ਰਾਤ ਇੱਕ 11-12 ਵਜੇ ਤਾਈਂ ਨਿਤ ਨਿਯਮ ਕਰਦੇ ਰਹਿੰਦੇ ਸੀਗੇ ਅਤੇ ਕਹਿ ਦੇਣਾ ਵੀ ਮੇਰਾ ਅੱਜ ਦਿਨੇ ਘੱਟ ਹੋਇਆ ਨਿਤਨੇਮ ਪੂਰਾ ਕਰਦੇ ਸੀ ਪੂਰੇ ਭਾਈ ਸਾਹਿਬ ਜਦੋਂ 15 ਸਾਲਾਂ ਦੀ ਜਿਹੜੀ ਉਮਰ ਹੁੰਦੀ ਹੈ ਕਾਫੀ ਆਪਾਂ ਨੂੰ ਉਸ ਸਮੇਂ 'ਤੇ ਸਮਝ ਵੀ ਆ ਜਾਂਦੀ ਹੈ ਖਾਸ ਤੌਰ 'ਤੇ ਕਿਉਂਕਿ ਤੁਹਾਡਾ ਪਰਿਵਾਰ ਤਾਂ ਉਸ ਤਰ੍ਹਾਂ ਦਾ ਪਰਿਵਾਰ ਸੀਗਾ ਆਮ ਪਰਿਵਾਰ ਨਹੀਂ ਸੀ ਉਦੋਂ ਫਿਰ ਸਿੰਘਾਂ ਦਾ ਆਉਣਾ ਜਾਣਾ ਰਹਿੰਦਾ ਸੀ ਜਥੇਦਾਰ ਸਾਹਿਬ ਦੇ ਨਾਲ ਮੁਲਾਕਾਤਾਂ ਕਰਦੇ ਰਹਿੰਦੇ ਸੀ ਦੇਖੋ ਕੌਮ ਦੇ ਜਥੇਦਾਰ ਸੀਗੇ ਬਿਲਕੁਲ ਕਿਉਂਕਿ ਕੌਮ ਦੇ ਜਥੇਦਾਰ ਕੋਲ ਸਿੰਘ ਆਉਣ 'ਤੇ ਕੌਮ ਕਿਹਦੇ ਕੋਲੋਂ ਜਾਣ ਠੀਕ ਹੈ ਜੀ ਅਤੇ ਆਉਂਦੇ ਜਾਂਦੇ ਵਿਹੜਾ ਭਰਿਆ ਰਹਿੰਦਾ ਸੀਗੇ ਅਤੇ ਸੰਗਤ ਆਉਂਦੀ ਸੀਗੀ ਬਚਨ ਬਲਾਸ ਕਰਕੇ ਚਲੇ ਜਾਂਦੇ ਸੀਗੇ ਜਾਂਦੇ ਜੀ ਅਤੇ ਪਰ ਉਹਨਾਂ ਟਾਈਮ ਉਹ 2-3 ਘੰਟੇ ਦਿੰਦੇ ਹੁੰਦੇ ਸੀਗੇ ਜਾਂਦੇ ਅਤੇ ਬਾਕੀ ਆਪਦੇ ਨਿਤਨੇਮ 'ਤੇ ਹੁੰਦਾ ਸੀਗਾ ਤਾਂ ਕਹਿੰਦੀ ਮਾਤਾ ਨੂੰ ਕਹਿੰਦੇ ਹੁੰਦੇ ਸੀਗੇ ਇੱਦੂ ਮੈਂ ਜਿਗਲ 'ਚ ਵਧੀਆ ਵਾਂ ਜਿਗਲ 'ਚ ਬਾਣੀ ਕੰਠ ਹੋ ਜਾਂਦੀ ਹੈ ਕਹਿੰਦੇ ਮੇਰੇ ਨੂੰ ਬਾਣੀ ਜ਼ਿਆਦਾ ਪੜ੍ਹੀ ਜਾਂਦੀ ਆ ਇੱਥੋਂ ਫਿਰ ਕੋਈ ਨਾ ਕੋਈ ਆ ਜਾਂਦਾ ਕਹਿੰਦੇ ਜੇ ਕਿਤੇ ਜੇਲ੍ਹ ਜਾਣ ਕਹਿੰਦਾ ਮੈਨੂੰ ਉੱਥੇ ਵਧੀਆ ਸਕਣ ਰਹਿੰਦਾ ਵਾ ਇਹ ਉਹ ਕਹਿੰਦੇ ਹੁੰਦੇ ਸੀਗੇ ਜਦੋਂ ਜਥੇਦਾਰ ਸਾਹਿਬ ਉਹਨਾਂ ਨੂੰ ਜਥੇਦਾਰ ਕਾਰਜਕਾਰੀ ਜਥੇਦਾਰ ਲਾ ਦਿੱਤਾ ਜਾਂਦਾ ਉਸ ਤੋਂ ਬਾਅਦ ਜ਼ਿਆਦਾ ਪਰਿਵਾਰ ਨੂੰ ਪਰੇਸ਼ਾਨ ਕੀਤਾ ਜਾਣ ਲੱਗਿਆ ਜਾਂ ਪਹਿਲਾਂ ਵੀ ਉਸ ਤਰ੍ਹਾਂ ਕਿਸ ਤਰ੍ਹਾਂ ਦਾ ਰਹਿੰਦਾ ਸੀ ਪਰਿਵਾਰ ਦਾ ਦੇਖੋ ਜੀ ਉਹਨਾਂ ਨੂੰ ਪਹਿਲਾਂ ਵੀ ਫੜ ਕੇ ਲੈ ਜਾਂਦੇ ਸੀਗੇ ਜਾਂਦੇ 85 ਵਿੱਚ ਵੀ ਫੜ ਕੇ ਲੈ ਜਾਂਦੇ ਜਥੇਦਾਰ ਸਾਹਿਬ ਤਾਂ 86 ਵਿੱਚ ਬਣਦੇ ਸੀ 85 ਵਿੱਚ ਫੜ ਕੇ ਲੈ ਜਾਂਦੇ ਸੀਗੇ ਪਰ ਰੌਲਾ ਤਾਂ ਸੀ ਨਾ ਉਹ ਧਰਮ ਦਾ ਪ੍ਰਚਾਰ ਕਰਦੇ ਆ ਅਤੇ ਜਿਹੜੀਆਂ ਸਰਕਾਰਾਂ ਇਹ ਗੱਲਾਂ ਚਾਹੁੰਦੀਆਂ ਨੇ ਸੀਗੀਆਂ ਵੀ ਇੱਕ ਬੰਦੇ ਮਗਰ ਇੰਨੀ ਕੌਮ ਇਕੱਠੀ ਹੋਵੇ ਬਿਲਕੁਲ ਮੇਨ ਉਹਨੇ ਇਸ ਚੀਜ਼ ਦਾ ਕਾਰਨ ਇਹ ਆ ਜੀ ਜਦੋਂ ਅਖਬਾਰਾਂ ਦੀਆਂ ਖਬਰਾਂ ਲੱਗਦੀਆਂ ਸੀ ਜਥੇਦਾਰ ਸਾਹਿਬ ਵੀ ਪੜ੍ਹਦੇ ਹੋਣਗੇ ਮੁਕਾਬਲਿਆਂ ਨੂੰ ਲੈ ਕੇ ਕਿਉਂਕਿ ਹਰ ਦਿਨ ਅਖਬਾਰ ਦੇ ਪੰਨੇ ਸੀ ਜਿਹੜੇ ਉਹ ਇਹਨਾਂ ਖਬਰਾਂ ਦੇ ਨਾਲ ਭਰੇ ਹੁੰਦੇ ਸੀ ਉਦੋਂ ਕੀ ਜਥੇਦਾਰ ਸਾਹਿਬ ਦਾ ਪ੍ਰਤੀਕਰਮ ਹੁੰਦਾ ਸੀ ਜਾਂ ਉਹਨਾਂ ਨੂੰ ਕੀ ਲੱਗਦਾ ਸੀ ਮੁਕਾਬਲਿਆਂ ਨੂੰ ਲੈ ਕੇ ਉੱਦਾਂ ਜਦੋਂ ਮਤਲਬ ਸੁਣਨਾ ਬਈ ਐਂ ਕੱਢ ਕੇ ਗੱਡੀ 'ਚੋਂ ਬੱਸ 'ਚੋਂ ਕੱਢ ਕੇ ਆਏ ਸੀ ਜੇ ਕਿਤੇ ਕਹਿੰਦੇ ਵੀ ਦੱਸੋ ਕੋਈ ਬੰਦੇ ਵਾਲੇ ਕੰਮ ਥੋੜ੍ਹੋ ਆ ਵੀ ਇਹ ਬਹੁਤ ਗਲਤ ਕੰਮ ਕਰ ਰਹੇ ਆ ਵੀ ਜਿਹੜੀ ਗੱਲ ਆ ਬਹਿ ਕੇ ਕਰੋ ਅਗਲੇ ਨਾਲ ਵੀ ਇਹ ਥੋੜ੍ਹੋ ਵੀ ਮਤਲਬ ਰਿਕ ਦੇ ਗੋਲੀ ਮਾਰਨੀ ਮਾ ਵੀ ਸੀਤ ਕਰ ਦੇਣਾ ਬਹੁਤ ਇਸ ਗੱਲ ਨੂੰ ਮਤਲਬ ਮੰਨਦੇ ਸੀਗੇ ਜਥੇਦਾਰ ਸਾਹਿਬ ਇਸ ਗੱਲ ਦੇ ਉੱਤੇ ਵੀ ਸੀਗੇ ਕਿ ਜਿਹੜਾ ਜਦੋਂ ਅਸੀਂ ਅਕਾਲ ਤਖਤ ਸਾਹਿਬ 'ਤੇ ਜਾਂਦੇ ਹਾਂ ਜਾਂ ਰਾਮਦਾਸ ਦੇ ਘਰ ਜਾਂਦੇ ਹਾਂ ਉਦੋਂ ਜਿਹੜਾ ਲੰਗਰ ਪ੍ਰਥਾ ਉਹ ਇੱਕ ਹੋਣੀ ਚਾਹੀਦੀ ਹੈ ਕਿਸੇ ਖਾਸ ਲਈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਸ ਗੱਲ ਦਾ ਵੀ ਹੁੰਦਾ ਸੀਗਾ ਜਥੇਦਾਰ ਸਾਹਿਬ ਦੇਖੋ ਜੀ ਇਹ ਜਦੋਂ ਜਸਰ ਮੈਂ ਛੋਟਾ ਹੀ ਹੁੰਦਾ ਸੀਗਾ ਜਾਂਦੇ ਹੁਣ ਚੇਤੇ ਆ ਅਤੇ ਉਹਨਾਂ ਨੇ ਜਿੰਨਾ ਚਿਰ ਵੀ ਜਥੇਦਾਰ ਰਹੇ ਉੱਥੇ ਗੁਰੂ ਰਾਮਦਾਸ ਦੇ ਲੰਗਰ ਦੇ ਵਿੱਚੋਂ ਹੀ ਪ੍ਰਸ਼ਾਦਾ ਛਕਿਆ ਪੰਗਤ ਦੇ ਵਿੱਚ ਬਹਿ ਕੇ ਜਿੱਥੇ ਸੰਗਤ ਸਾਹਿਬ ਸੀਗੀ ਹੋਰਾਂ ਨੂੰ ਵੀ ਕਹਿੰਦੇ ਸੀਗੇ ਵੀ ਗੁਰੂ ਰਾਮਦਾਸ ਦੇ ਲੰਗਰ ਦੇ ਵਿੱਚ ਪੰਗਤ ਦੇ ਵਿੱਚ ਬਹਿ ਕੇ ਸਕੋ ਕਿਸੇ ਸਪੈਸ਼ਲ ਤੜਕਾ ਨਹੀਂ ਲਾਉਣਾ ਚਾਹੀਦਾ ਅਤੇ ਉਹਨੂੰ ਉਵੇਂ ਹੀ ਛਕਦੇ ਰਹੇ ਆ ਜੋ ਸੰਗਤ ਨੂੰ ਪ੍ਰਸ਼ਾਦਾ ਵਰਤਦਾ ਸੀਗਾ ਉਹੀ ਆਪ ਛਕਦੇ ਸੀਗੇ ਜਾਂਦੇ ਕੋਈ ਅਲੈਦਾ ਨਹੀਂ ਜਾਂ ਕਮਰਿਆਂ 'ਚ ਨਹੀਂ ਬਹਿ ਕੇ ਕਿਸੇ ਛਕਿਆ ਸੀ ਜਾਂਦੇ ਅਤੇ ਉਹੀ ਉੱਥੋਂ ਹੀ ਗੁਰੂ ਰਾਮਦਾਸ ਦੇ ਲੰਗਰ ਦੀ ਮਰਿਆਦਾ ਉਹਨਾਂ ਨੇ ਕਾਇਮ ਕੀਤੀ ਜਾਂਦੀ ਜਿਹੜੀਆਂ ਇਹ ਗੱਲਾਂ ਬਾਤਾਂ ਪਤਾ ਲੱਗੀਆਂ ਬਾਅਦ 'ਚੋਂ ਕਿਉਂਕਿ ਬਾਅਦ 'ਚੋਂ ਤੁਹਾਡੇ ਕੋਲ ਪਰਿਵਾਰ ਜਾਂ ਸਿੰਘ ਆਏ ਹੋਣਗੇ ਬਹੁਤ ਸਾਰੇ ਪੁਲਿਸ ਅਫਸਰ ਆਏ ਜਿਨ੍ਹਾਂ ਨੇ ਦੱਸਿਆ ਕਿ ਹਾਂ ਐਵੇਂ ਹੁੰਦਾ ਰਿਹਾ ਬਹੁਤ ਸਾਰੇ ਕਹਿੰਦੇ ਹੋਣਗੇ ਸਾਡਾ ਨਾਮ ਤੱਕ ਨਾ ਲਿਓ ਇਸ ਤਰ੍ਹਾਂ ਆਏ ਨਹੀਂ ਸਾਨੂੰ ਦੱਸਿਆ ਕਿਸੇ ਨੇ ਜੀ ਉਹ ਪਤਾ ਲੱਗਦਾ ਰਹਿੰਦਾ ਸੀਗਾ ਵੀ ਕਈ ਰਹਿਮਦਿਲ ਪੁਲਿਸ ਵਾਲੇ ਵੀ ਹੁੰਦੇ ਸੀਗੇ ਦੱਸਦੇ ਸੀਗੇ ਜਾਂਦੇ ਕਹਿੰਦੇ ਵੀ ਉਹਨਾਂ ਨਾਲ ਜੋ ਉਹਨਾਂ ਨਾਲ ਕੀ ਹੋਈ ਆ ਕਿਸੇ ਬੈਰੀ ਨੂੰ ਬਣਾ ਹੋਵੇ ਪਰ ਫਿਰ ਵੀ ਹਾਲਾਤ ਮੌਕੇ ਦੀਆਂ ਸਰਕਾਰਾਂ ਸੀਗੀਆਂ ਉਦੋਂ ਡਰਦੇ ਵੀ ਸੀ ਆਪਦਾ ਕਿਉਂਕਿ ਉਦੋਂ ਤਾਂ ਇਹ ਨਹੀਂ ਸੀ ਪਤਾ ਕਿ ਇੱਕ ਦਿਨ ਬੰਦਾ ਘਰੋਂ ਗਿਆ ਅਤੇ ਵਾਪਸ ਆਉਣਾ ਕਿ ਨਹੀਂ ਆਉਣਾ ਉਹਨਾਂ ਦੀ ਲਾਸ਼ ਨੂੰ ਫਿਰ ਸਤਲੁਜ ਦੇ ਵਿੱਚ ਬਹਾਇਆ ਗਿਆ ਤੁਹਾਨੂੰ ਪਤਾ ਲੱਗਿਆ ਹਾਂਜੀ ਉਹਨਾਂ ਦੇ ਜਿਹੜੀ ਡੈੱਡ ਬੋਡੀ ਸੀਗੀ ਜਾਂਦੇ
ਅਤੇ ਇਹ ਨਹੀਂ ਸੀਗੀ ਵੀ ਬੋਡੀ ਛੱਡਤੀ ਜਾਂਦੇ, ਕਹਿੰਦੇ ਵੀ ਦੱਸਦੇ ਆ ਵੀ ਕਹਿੰਦੇ ਉਹਦੇ ਟੋਟੇ ਟੋਟੇ ਕਰਕੇ ਜਾਂਦੇ ਸਤਲੁਜ ਵਿੱਚ ਛੱਟੇ ਗਏ ਆ, ਕਿਉਂਕਿ ਵੀ ਬੋਡੀ ਛੱਟਾਂਗੇ ਹੋ ਸਕਦਾ ਵੀ ਉਹ ਤਰਕ ਤਾਂ ਅਜੇ, ਪਰ ਉਹਦੀ ਡੈੱਡ ਬੋਡੀ ਟੋਟੇ ਟੋਟੇ ਕਰਕੇ ਸਤਲੁਜ ਛੱਟੇ ਗਏ। ਜਥੇਦਾਰ ਸਾਹਿਬ ਦੀ ਜਿਹੜੀ ਬਰਸੀ ਮਨਾਉਂਦੇ ਹੋ ਫਿਰ ਇਹ ਤੁਹਾਨੂੰ ਕਿਸ ਤਰ੍ਹਾਂ, ਜਿਹੜੇ ਲੋਕਾਂ ਨੇ ਗੱਲਬਾਤ ਦੱਸੀ ਉਹਦੇ ਮੁਤਾਬਕ ਤੁਸੀਂ ਤੈਅ ਕੀਤਾ ਕਿ ਇਸ ਦਿਨ ਸ਼ਹੀਦੀ ਹੋਈ? ਹਾਂਜੀ ਹਾਂਜੀ, ਸਾਨੂੰ ਮਾੜੀ ਮੋਟੀ ਬਰਕਤ ਲੱਗਦੀ ਸੀਗੀ ਜਦੋਂ ਸਟਾਫ ਤੋਂ ਲੈ ਕੇ ਆਉਂਦੇ, ਜਦੋਂ ਅਸੀਂ ਮਤ ਰੈਟ ਪਾਈ ਆ ਅਤੇ ਕਿਹੜਾ ਉਹ ਮਤਲਬ ਡਾਕਟਰ ਸੀਗਾ ਕਹਿੰਦਾ ਸ਼ਾਮ ਨੂੰ ਇਹ ਗੱਡੀਆਂ ਤਿੰਨ ਚਾਰ ਆਈਆਂ, ਜੋ ਵੀ ਤਾਂ ਬਾਲ ਲਾ ਲਿਆ ਇਹਨਾਂ ਨੇ, ਤਿੰਨ ਚਾਰ ਘੰਟੇ ਰਹੇ ਫਿਰ ਰਾਤ ਨੂੰ ਗਏ ਅਤੇ ਲੋਕਾਂ ਨੂੰ ਟੀਏ ਦੇਣੀ ਮਤਲਬ ਬੜਕ ਲੱਗ ਗਈ ਸੀ 3 ਤਰੀਕ ਨੂੰ ਹੈ ਨਾ, ਕਹਿੰਦੇ ਸ਼ਹੀਦ ਕਰਤੇ ਸਾਡੇ ਘਰ ਆਉਂਦੇ ਸੀਗੇ ਕਈ ਜਥੇਦਾਰ, ਬਸ ਉਹ ਗੇੜਾ ਦੇ ਕੇ ਮੁੜ ਜਾਂਦੇ, ਸਾਨੂੰ ਦੱਸਿਆ ਨਹੀਂ, ਸਾਨੂੰ ਤਾਂ ਅਖਬਾਰ ਤੋਂ ਪਤਾ ਲੱਗਿਆ। ਜਦੋਂ ਜਥੇਦਾਰ ਸਾਹਿਬ ਦਾ ਪਤਾ ਲੱਗਿਆ ਕਿ ਉਹਨਾਂ ਦੀ ਸ਼ਹੀਦੀ ਹੋ ਗਈ ਤੁਹਾਡੇ ਪਰਿਵਾਰ ਨੂੰ ਜਾਂ ਤੁਹਾਡੇ ਨਾਲ ਜਿਹੜੇ ਵੀ ਪਰਿਵਾਰ ਜੁੜੇ ਹੋਏ ਸੀ, ਉਸ ਦਿਨ ਫਿਰ ਤੁਹਾਡੇ ਘਰ ਬਹੁਤ ਸਾਰੇ ਲੀਡਰ ਆਏ ਹੋਣਗੇ? ਬਹੁਤ ਆਏ ਸੀਗੇ ਅਤੇ ਉਹ ਪਰ ਪੁਲਿਸ ਰੋਕ ਦਿੰਦੀ ਸੀ ਆਉਣ ਦਿੰਦੀ ਸੀ। ਪ੍ਰਕਾਸ਼ ਸਿੰਘ ਬਾਦਲ ਹੋਣੀ ਵੀ ਆਏ ਸੀ? ਹਾਂਜੀ ਸਾਰੇ ਆਏ ਸੀ, ਪ੍ਰਕਾਸ਼ ਸਿੰਘ ਬਾਦਲ ਆਏ, ਗੁਰਚਰਨ ਸਿੰਘ ਟੌੜਾ ਆਏ ਸੀਗੇ, ਜਗਦੇਵ ਸਿੰਘ ਤਲਵੰਡੀ ਆਏ ਸੀ, ਸਿਮਰਜੀਤ ਸਿੰਘ ਮਾਨ ਆਈ, ਬਾਬਾ ਜਗਿੰਦਰ ਸਿੰਘ, ਪਰ ਉਹਨਾਂ ਨੂੰ ਘਰੇ ਨਹੀਂ ਆਉਣ ਦਿੱਤਾ ਜੀ, ਇੱਥੇ ਤੱਕ ਨਹੀਂ ਆਉਣਾ, ਇੱਥੇ ਤੱਕ ਨਹੀਂ ਆਉਣਾ ਸੀਗੇ, ਰਸਤੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਗਏ ਸੀਗੇ ਜਾਂਦੇ, ਕਿਉਂਕਿ ਇੱਥੇ ਤਾਂ ਕਿਸੇ ਨੂੰ ਕਹਿੰਦੇ ਵੀ ਜਿਵੇਂ ਕਰਫਿਊ ਵਾਂਗੂ ਕਰਫਿਊ ਲਾਤਾ ਸੀ ਪਿੰਡ ਵਿੱਚ, ਬਾਹਰਲਾ ਬੰਦਾ ਕੋਈ ਵੜ ਨਹੀਂ ਦਿੱਤਾ ਸੀਗੇ, ਉਹ ਦਿਨ ਤਾਂ ਅਜਿਹੇ ਸੀ ਵੀ ਉਦੋਂ ਤਾਂ ਆਮ ਦਿਨਾਂ 'ਚ ਵੀ ਐਂ ਲੱਗਦਾ ਸੀ ਕਰਫਿਊ। ਹਾਂਜੀ, ਅਤੇ ਉਸ ਤੋਂ ਬਾਅਦ ਪਰਿਵਾਰ ਨੇ 10ਵੇਂ ਦਿਨ ਭੋਗ ਪਾਤਾ ਸੀਗੇ ਜਾਂਦੇ ਜੀ, ਪਹਿਲਾਂ ਭੋਗ ਅਸੀਂ ਗੁਰਦੁਆਰਾ ਸਾਹਿਬ ਪਾਇਆ ਸੀ ਜੀ, ਜਿੱਥੇ ਜਥੇਦਾਰ ਸਾਹਿਬ ਕਥਾ ਕਰਦੇ। ਹਾਂਜੀ ਹਾਂਜੀ, ਮਾਤਾ ਜੀ ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਂਦੀ ਆ, ਆਮ ਪਰਿਵਾਰ ਚ ਵੀ ਵਾਪਰ ਜੇ, ਬੱਚਿਆਂ ਦੇ ਮੰਨ ਸਿਰ ਤੋਂ ਜਦੋਂ ਬਾਪ ਦਾ ਸਾਇਆ ਉੱਠ ਤਾਂ ਬਹੁਤ ਔਖਾ ਹੋ ਜਾਂਦਾ, ਉਸ ਸਮੇਂ ਫਿਰ ਪਰਿਵਾਰ ਚ ਬੱਚਿਆਂ ਨੂੰ ਪਾਲਣ ਵਾਲੇ ਤੁਸੀਂ ਇਕੱਲੇ ਰਹੇ ਜਾਂ ਹੋਰ ਵੀ ਇਹਨਾਂ ਦੇ ਦਾਦਾ ਦਾਦੀ? ਨਹੀਂ ਕੋਈ ਨਹੀਂ, ਇਕੱਲੇ ਸੀ ਜੀ, ਇਹਨਾਂ ਨੂੰ ਪੜ੍ਹਾਇਆ ਲਿਖਾਇਆ। ਹਾਂਜੀ ਹਾਂ, ਉਸ ਤੋਂ ਬਾਅਦ ਤੁਹਾਨੂੰ ਪੁਲਿਸ ਨੇ ਪਰੇਸ਼ਾਨ ਕੀਤਾ ਜਦੋਂ ਇਹ ਸਭ ਕੁਝ? ਨਹੀਂ, ਆਉਂਦੀ ਸੀ ਗੇੜਾ ਦੇ ਕੇ ਮੁੜ ਜਾਂਦੀ ਸੀਗੇ ਅਤੇ ਅੰਨੂ ਜਾਣ ਅਤੇ ਇਹਨਾਂ ਚੱਕ ਕੇ ਲੈ ਗਏ ਸੀਗੇ। ਅੱਛਾ, ਉਹ ਕਦੋਂ? ਇਹ 95 ਦੀ ਗੱਲ ਆ ਜਾਂਦੇ, ਆਹੀ ਦਸੰਬਰ ਮਹੀਨੇ ਦੀ ਗੱਲ ਆ ਜੀ, ਅਤੇ ਕਰਮਵੀਰ ਸਿੰਘ ਪਿੰਕੀ ਜਿਹੜਾ ਕੈਸ ਸੀਗਾ ਉਹ ਆਇਆ ਰਾਤ ਨੂੰ, ਕੰਧਾਂ ਟੱਪ ਗਿਆ ਅੰਦਰ। ਅੱਛਾ, ਇਸ ਉੱਤੇ ਵੀ ਸਾਰਾ ਪਰਿਵਾਰ ਜੀ, ਅਤੇ ਮੈਨੂੰ ਮੇਰੇ ਵੱਡੇ ਭਾਈ ਨੂੰ ਜੀ, ਛੋਟੇ ਭਾਈ ਨੂੰ, ਨੌਕਰ ਨੂੰ, ਛੋਟੇ ਭਾਈ ਨੂੰ ਤਾਂ ਇੱਥੋਂ ਛੱਡ ਕੇ ਰਾਹ 'ਚੋਂ ਹੀ, ਅਤੇ ਇਹਨੂੰ ਲੈ ਕੇ ਵੱਡੇ ਭਾਈ ਅਤੇ ਨੌਕਰ ਨੂੰ ਦੂਜੇ ਨੂੰ ਛੱਡਤਾ ਗਿਆ, ਮੇਰੇ 'ਤੇ ਬਹੁਤ ਜ਼ਿਆਦਾ ਪਸੰਦ ਕੀਤਾ ਸੀਗਾ। ਤੁਹਾਨੂੰ ਕੀ ਕੁਝ ਆਖ ਰਹੇ ਸੀ ਉਦੋਂ? ਬਸ ਉਹੀ ਇਹ ਕਹਿੰਦੇ ਤੁਹਾਡੇ ਖਾੜਕਣ ਸੰਬੰਧ ਦਾ ਤੁਸੀਂ ਪਾਕਿਸਤਾਨ ਗਏ ਆ, ਅਤੇ ਕਾਰਨ ਕੀ? ਮੈਂਟਲੀ ਟੋਰਚਰ ਕਰਨਾ ਵੀ ਇਹ ਜਥੇ ਸਾਹਿਬ ਦੀ ਇਨਕੁਆਇਰੀ ਨਾ ਖਿਲਾਉਣ। ਅੱਛਾ, ਇਹੀ ਡਰ ਸੀ? ਇਹੀ ਡਰ ਸੀਗਾ ਜੀ, ਕਿਉਂਕਿ 2-3 ਦਿਨ ਮੈਨੂੰ ਬਹੁਤ ਸਰਦਿਸ਼ ਕੀਤਾ ਜਾਂਦੇ, ਕਰੰਟ ਵੀ ਲਾਇਆ, ਪੁੱਠਾ ਵੀ ਲਮਕਾਇਆ। ਅੱਛਾ, ਅਤੇ ਪਾਣੀ ਵਿੱਚ ਵੀ ਮੂੰਹ ਡੋਇਆ ਜਾਂਦੇ, ਉਦੋਂ ਹੁੰਦਾ ਸੀ ਆਪਣੇ SSP ਹਰਦੀਪ ਸਿੰਘ ਢਿੱਲੋਂ। ਅੱਛਾ, ਲੁਧਿਆਣੇ? ਲੁਧਿਆਣੇ, ਅਤੇ ਸ਼ਿਵ ਕੁਮਾਰ SP ਹੁੰਦਾ ਸੀਗਾ ਜੀ, ਪਰਮੀਤ ਪਿੰਕੀ ਸੀਗੇ, ਅਤੇ ਉਦੋਂ ਬਾਅਦ ਮੇਰੇ 'ਤੇ ਕੇਸ ਪਾ ਕੇ, ਲੁਧਿਆਣੇ ਬੰਬ ਧਮਾਕਾ ਹੋਇਆ ਸੀਗਾ, ਉਹ ਕੇਸ ਪਾ ਕੇ ਮੈਨੂੰ ਜੇਲ੍ਹ ਭੇਜ ਦਿੱਤਾ ਸੀਗਾ ਜੀ। ਅੱਛਾ, ਕਿੰਨਾ ਸਮਾਂ ਜੇਲ੍ਹ ਰਹੇ? ਮੈਂ ਜੇਲ੍ਹ 20 ਦਿਨ ਰਿਹਾ ਜਾਂਦੇ, ਅਤੇ ਫਿਰ ਲੋਕਲ ਲੀਡਰ ਸੀਗੇ ਸਾਰੇ ਗਏ ਵੀ ਉੱਥੇ ਜਾ ਕੇ ਅਦਾਲਤ 'ਚ ਵੀ ਕਿਹਾ, ਕਹਿੰਦੇ ਵੀ ਇਹਨਾਂ ਨੇ ਪਿਓ ਨੂੰ ਸ਼ਹੀਦ ਕਰਤਾ ਵੀ ਹੁਣ ਬੱਚਾ ਤਾਂ ਕੀ ਕਰਾਉਣਾ ਵਾ। ਬਿਲਕੁਲ, ਯਾਨੀ ਕਿ ਜਥੇਦਾਰ ਸਾਹਿਬ ਨੂੰ ਸ਼ਹੀਦ ਕਰਨ ਤੋਂ ਬਾਅਦ ਵੀ ਪਰਿਵਾਰ ਨੂੰ ਪਰੇਸ਼ਾਨ ਕੀਤਾ ਜਾਂਦਾ ਰਿਹਾ? ਹਾਂਜੀ, ਕਰਿਆ ਜਾਂਦਾ। ਜਦੋਂ ਜਥੇਦਾਰ ਸਾਹਿਬ ਵਾਲੀ ਗੱਲ ਹੁੰਦੀ ਹੈ ਉਦੋਂ ਇਹ ਵੀ ਹੁੰਦਾ ਕਿ ਜਿਹੜਾ ਸੁਮੇਧ ਸੈਣੀ ਸੀ, ਜਿਵੇਂ ਹੁਣ ਘੋਟਨੇ ਦਾ ਨਾਮ ਆਉਂਦਾ, ਸਵਰਨ ਸਿੰਘ ਘੋਟਨੇ ਦਾ, ਜਾਂ ਹੋਰ ਵੀ ਬਹੁਤ ਸਾਰੇ ਪੁਲਿਸ ਅਧਿਕਾਰੀਆਂ ਦਾ ਨਾਮ ਆਉਂਦਾ, ਇਹ ਜਿਹੜਾ SSP ਸੁਮੇਧ ਸਿੰਘ ਸੈਣੀ ਸੀ ਉਸ ਸਮੇਂ ਪੁਲਿਸ ਅਫਸਰ ਸੀ, ਉਹ ਇਹਨਾਂ ਨੇ ਵੀ ਟੋਰਚਰ ਕੀਤਾ? ਹਾਂਜੀ, ਇਹ 91 ਦੀ ਗੱਲ ਆ ਜਾਂਦੀ ਜੀ। ਇੱਕ ਇੱਥੇ ਪਿੰਡ ਸੱਜਾਲ ਮੁਕਾਬਲਾ ਹੈਗਾ ਸੀਗਾ, ਅਤੇ ਉਸ ਤੋਂ ਬਾਅਦ ਬਾਪੀ ਨੂੰ ਰਾਤ ਨੂੰ ਉੱਥੋਂ ਫੜ ਕੇ ਲੈ ਜਾਂਦੇ ਜੀ, ਅਤੇ ਲੁਧਿਆਣੇ ਉਦੋਂ SSP ਸੁਮੇਧ ਸਿੰਘ ਸੈਣੀ ਸੀਗੇ ਜੀ ਜੀ, ਇਹਨਾਂ 'ਤੇ ਜਦੋਂ ਸੁਮੇਧ ਸਿੰਘ ਸੈਣੀ ਨੇ ਧੂਆਂ ਮਾਰਿਆ, ਸਿਰਗਿੜਤਾ ਧੂਆ, ਬਾਪੀ ਨੂੰ ਥੱਪੜ ਮਾਰਿਆ ਸੀਗਾ ਸੁਮੇਧ ਸੈਣੀ ਦੇ। ਹਾਂ, ਉਹ ਕਹਿੰਦੇ ਵੀ ਤੁਸੀਂ, ਮੈਂ ਅੰਮ੍ਰਿਤਧਾਰੀ ਸਿੰਘ ਆ ਜਾਂਦੇ, ਤੂੰ ਮੇਰੇ 'ਤੇ ਇੱਦਾਂ ਨਹੀਂ ਕਰ ਸਕਦਾ, ਫਿਰ ਉਹਨਾਂ ਨੇ ਆਪਦੇ ਗੁੱਸੇ 'ਚ ਆ ਕੇ ਜਾਂਦੇ ਬਹੁਤ ਜ਼ਿਆਦਾ ਤਸੱਦ ਕੀਤਾ ਸੀਗਾ। ਉਦੋਂ ਬਾਅਦ ਫਿਰ ਪਿੰਡ ਦੀ
ਜਾਂ ਸੰਗਤ ਨੇ ਜਾਂ ਆਸੇ ਪਾਸੇ ਸੰਗਤ ਨੇ ਧਰਨਾ ਵੀ ਲਾਇਆ ਸੀਗਾ ਆਪਣੇ ਜਗਰਾਓਂ ਚੌਂਕ 'ਚ ਜੀ ਅਤੇ ਪਰ ਉਹ ਸਰਕਾਰਾਂ ਸੀਗੀਆਂ ਉਹ ਜਿਹੀਆਂ ਉਦੋਂ ਨਹੀਂ ਕਿਸੇ ਦਾ ਸੁਣਦੇ ਸੀਗੇ। ਤੁਹਾਨੂੰ ਲੱਗਦਾ ਕਿ ਜਿਹੜਾ ਉਹ ਸਮਾਂ ਸੀ ਜਦੋਂ ਪੰਜਾਬ 'ਤੇ ਸਾਰਾ ਕੁਛ ਰਿਹਾ ਉਦੋਂ ਬਾਅਦ ਕਈ ਮੁੱਖ ਮੰਤਰੀ ਪੰਜਾਬ ਨੂੰ ਮਿਲੇ, ਹਾਲਾਂਕਿ ਕਈ ਮਤਲਬ ਪ੍ਰਕਾਸ਼ ਸਿੰਘ ਬਾਦਲ ਲਗਾਤਾਰ ਮੁੱਖ ਮੰਤਰੀ ਰਹੇ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ, ਫਿਰ ਚਰਨਜੀਤ ਸਿੰਘ ਚੰਨੀ, ਅੱਜ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ, ਜਦੋਂ ਉਹ ਸਮਾਂ ਚੱਲ ਰਿਹਾ ਸਰਕਾਰਾਂ ਇਸ ਤਰ੍ਹਾਂ ਕਿਉਂ ਕਰ ਰਹੀਆਂ ਸੀ? ਇਹਦਾ ਹੀ ਹੁਣ ਉਹੀ ਦੱਸ ਸਕਦੇ ਜਾਂਦੇ, ਸਾਨੂੰ ਕਿਸੇ ਨੂੰ ਇਨਸਾਫ਼ ਨਹੀਂ ਦਿੱਤਾ ਜੀ, ਕਿਉਂਕਿ ਕੈਪਟਨ ਸਰਕਾਰ ਨੇ ਤਾਂ ਜਾਂਦੇ ਜਦੋਂ ਇਹ ਬੀ ਪੀ ਤਿਵਾੜੀ ਰਿਪੋਰਟ ਆਪਣੇ ਹੁੰਦੀ ਆ, ਉਸ ਤੋਂ ਬਾਅਦ ਕੈਪਟਨ ਸਰਕਾਰ ਆਉਂਦੀ ਆ, ਕੈਪਟਨ ਸਰਕਾਰ ਨੇ ਤਾਂ ਉਦੋਂ ਉਲਟ ਸਾਰਾ ਕੁਛ ਹੀ ਬਣਾ ਕੇ ਦਿੱਤਾ ਸੀਗਾ ਜੀ, ਵੀ ਜੱਥਰ ਸਾਹਿਬ ਭਗੌੜੇ ਆ ਅਤੇ ਇਹਨਾਂ ਨੇ ਦੋ ਤਿੰਨ ਅਫਸਰ ਲਾਏ ਸੀਗੇ, ਮੁਖਵਿੰਦਰ ਸਿੰਘ ਸੀਨਾ ਸੀਗਾ ਐਸ ਐਸ ਪੀ ਸੀਗਾ, ਅਤੇ ਆਪਣਾ ਗੁਰਪ੍ਰੀਤ ਸਿੰਘ ਤੂਰ ਸੀਗਾ ਜੀ, ਅਤੇ ਇੱਕ ਹੋਰ ਸੀਗਾ ਜਣ ਦੇ ਉਹ ਲਾਏ ਸੀਗੇ, ਅਤੇ ਉਹਦੇ ਵਿੱਚ ਦਿਖਾਤਾ ਸੀਗਾ ਵੀ ਭਗੌੜੇ ਆ ਜੀ, ਉਹ ਇਹ ਕਿਹਾ ਸੀਗਾ ਵੀ ਉਹਨੂੰ ਫੜ ਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇ ਭੜ ਕੇ ਜੀ। ਉਦੋਂ ਬਿਆਨ ਵਗੈਰਾ ਹੋਏ ਦਰਜ ਤੁਹਾਡੇ? ਸਾਡਾ ਕੋਈ ਨਹੀਂ ਬਿਆਨ ਹੋਏ ਜੀ। ਜਿਹੜੀ ਬੀ ਪੀ ਤਿਵਾੜੀ ਵਾਲੀ ਰਿਪੋਰਟ ਸੀਗੀ ਉਸ ਸਮੇਂ 'ਤੇ ਤੁਹਾਡੇ ਪਰਿਵਾਰ ਦੇ ਬਿਆਨ ਦਰਜ ਕੀਤੇ? ਹਾਂਜੀ, ਉਹ ਘਰ ਆਏ ਸੀ ਜੀ, ਉਦੋਂ ਘਰ ਮੌਕਾ ਦੇ ਕੇ ਮੌਕਾ ਦੇ ਕੇ ਸਾਰੇ ਜਿਹੜੀ ਸੰਗਤ ਨਾਲ ਸੀਗੀ ਸਾਰੀ ਉਹ ਸਾਰਿਆਂ ਨੇ ਬਿਆਨ ਦਿੱਤੇ। ਤੁਹਾਨੂੰ ਲੱਗਦਾ ਹੈ ਕਿ ਜਿਵੇਂ ਹੁਣ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਜਿਹੜੀ 97 ਵਾਲੀ ਆਈ ਉਦੋਂ ਇਹ ਗੱਲ ਕਹੀ ਗਈ ਕਿ ਜਥੇਦਾਰ ਸਾਹਿਬ ਦੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇਗਾ, ਅਤੇ ਦੂਜੇ ਜਿਹੜੇ ਪਰਿਵਾਰ ਨੇ ਜਸਵੰਤ ਸਿੰਘ ਖਾਲੜਾ ਦਾ ਜ਼ਿਕਰ ਵੀ ਹੋਇਆ, ਉਦੋਂ ਆਮ ਨੌਜਵਾਨਾਂ ਦਾ ਜ਼ਿਕਰ ਵੀ ਹੋਇਆ ਕਿ ਪਰਿਵਾਰਾਂ ਨੂੰ ਇਨਸਾਫ਼ ਦਿੱਤਾ ਜਾਵੇ, ਜੇਕਰ ਉਹ ਬੀ ਪੀ ਤਿਵਾੜੀ ਵਾਲੀ ਰਿਪੋਰਟ ਸਹੀ ਤਰੀਕੇ ਦੇ ਨਾਲ ਲਾਗੂ ਹੋ ਜਾਂਦੀ, ਤੁਹਾਨੂੰ ਲੱਗਦਾ ਕਿ ਤੁਹਾਡੇ ਪਰਿਵਾਰ ਨੂੰ ਕਿਤੇ ਨਾ ਕਿਤੇ ਇਨਸਾਫ਼ ਮਿਲ ਜਾਂਦਾ ਉਹਨਾਂ ਨੂੰ? ਇਹ ਤਾਂ ਹੈਗਾ ਹੀ, ਜੇ ਜਿੰਨਾ ਮਤਲਬ ਪਿੰਡ 'ਚੋਂ ਪਤਾ ਲੱਗੇ ਪਤਾ ਲੱਗ ਜਾਂਦਾ ਵੀ ਦੱਸਦੇ ਕੁਛ ਵੀ ਕੀ ਗੱਲ ਹੋਈ ਆ। ਸਾਨੂੰ ਇਹ ਸੀਗਾ ਵੀ ਹੁਣ ਵੀ ਅਸੀਂ ਕਹਿੰਦੇ ਹਾਂ ਵੀ ਹੁਣ ਵੀ ਕੋਈ ਉਸੇ ਜਿਹੜੀ ਬੀ ਪੀ ਤਿਵਾੜੀ ਰਿਪੋਰਟ ਵਾ ਹੁਣ ਵੀ ਉਸਦੇ ਕੋਈ ਕਾਰਵਾਈ ਕਰਕੇ ਕੌਮ ਨੂੰ ਪਤਾ ਲੱਗਣਾ ਚਾਹੀਦਾ ਵੀ ਸਾਡੇ ਜਥੇਦਾਰ ਨਾਲ ਕੀ ਹੋਇਆ ਵਾ ਜੀ। ਬਿਲਕੁਲ, ਕਿਉਂਕਿ ਸਾਡੇ ਜਥੇਦਾਰ ਨਾਲ ਕੀ ਕਿੰਨਾ ਤਸੱਦਦ ਹੋ ਕੇ ਕੋਈ ਸ਼ਹੀਦ ਕੀਤਾ ਵਾ ਜੀ। ਬਸ ਹੁਣ ਉਮੀਦ ਹੈ ਕੁਛ ਜਿਸ ਤਰ੍ਹਾਂ ਹੁਣ ਫਿਰ ਤੋਂ ਦੁਬਾਰਾ ਰਿਪੋਰਟ ਭਾਵੇਂ ਸਰਕਾਰਾਂ ਨੇ ਜਨਤਕ ਨਹੀਂ ਕੀਤੀ ਕਿਸੇ ਤਰੀਕੇ ਦੇ ਨਾਲ, ਜਿਹੜੀ ਉਹ ਬਾਹਰ ਆਈ ਆ ਗੱਲਬਾਤ ਸਾਰੀ, ਹੁਣ ਤੁਹਾਨੂੰ ਲੱਗਦਾ ਉਮੀਦ ਹੈ ਕੁਛ ਕਿ ਜੇਕਰ ਇਹ ਸਰਕਾਰ ਚਾਹੇ ਮੌਜੂਦਾ ਸਰਕਾਰ ਤਾਂ ਸਾਰਾ ਹੱਲ ਹੋ ਸਕਦਾ? ਹਾਂਜੀ, ਸਰਕਾਰਾਂ ਚਾਹੁਣ ਤਾਂ ਕੀ ਨਹੀਂ ਹੋ ਸਕਦਾ ਜੀ, ਉਹ ਤਾਂ ਆਪਦੇ ਜੇ ਕੋਈ ਹੋਰ ਕੇਸ ਹੁੰਦੇ ਆ 30-30 ਸਾਲ ਪੁਰਾਣੇ ਵੀ ਕੱਢੀ ਆਉਂਦੇ ਆ, ਜੇ ਚਾਹੁਣ ਤਾਂ ਹੁਣ ਵੀ ਹੋ ਸਕਦਾ ਹੈਗਾ। ਮੈਂ ਤਾਂ ਇਹੀ ਕਹਿੰਦਾ ਹੁਣ ਵੀ ਸਰਕਾਰ ਨੂੰ ਕਹਿੰਦਾ ਵਾ ਵੀ ਉਹਨਾਂ ਦੇ ਬੰਦਿਆਂ ਦੇ ਕੇਸ ਰਜਿਸਟਰ ਕਰਕੇ ਫਸਟ ਟ੍ਰਾਇਲ ਕੋਰਟ 'ਚ ਟ੍ਰਾਇਲ ਕਰਵਾਏ ਜਾਣ ਜਾਂਦੇ। ਤਾਂ ਹੁਣ ਲੱਗਦਾ ਤੁਹਾਨੂੰ ਸਿੱਖਾਂ ਦੀ ਸਰਮੌਰ ਜਥੇਬੰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਨੂੰ ਇਸ ਕੇਸ ਦੀ ਪੈਰਵਾਈ ਪਹਿਲਾਂ ਵੀ ਹਾਲਾਂਕਿ ਕਰਨੀ ਚਾਹੀਦੀ ਉਸ ਤਰ੍ਹਾਂ ਨਹੀਂ ਕੀਤਾ ਗਿਆ ਜਿਸ ਤਰ੍ਹਾਂ ਦੇ ਨਾਲ ਇੱਕ ਕਰਨੀ ਚਾਹੀਦੀ ਸੀ, ਇਹਨਾਂ ਨੂੰ ਹੱਕ ਆ ਅੱਜ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਕਰਨੀ ਚਾਹੀਦੀ ਆ? ਅਸੀਂ ਤਾਂ ਇਹ ਕਹਿੰਦੇ ਦੇਰ ਅੱਜ ਦਰੁਸਤ ਆ ਜਾਂਦੇ, ਚਲੋ ਹੁਣ ਵੀ ਮੈਂ ਤਾਂ ਇਹ ਕਹਿੰਦਾ ਵੀ ਇਕੱਲੀ ਸ਼੍ਰੋਮਣੀ ਕਮੇਟੀ ਨਹੀਂ, ਹੋਰ ਵੀ ਜਿੰਨੀਆਂ ਪੰਥਕ ਜਥੇਬੰਦੀਆਂ, ਹੋਰ ਵੀ ਜਿੰਨੇ ਪੰਜਾਬ ਸਟੈਚ ਦੀ ਆ ਜਾਂਦੇ, ਇਹ ਇਕੱਠੇ ਹੋ ਕੇ ਕੇਸ ਨੂੰ ਲੜਨ। ਆਪਾਂ ਇਹ ਨਹੀਂ ਕਹਿੰਦੇ ਵੀ ਇੱਕ ਲੜੇ ਜਾਂ ਦੋ ਲੜਨ, ਆਪਾਂ ਇਕੱਠੇ ਹੋ ਕੇ ਲੜਾਂਗੇ ਤਾਂ ਆਪਾਂ ਨੂੰ ਸਿੱਧੀ ਇਨਸਾਫ਼ ਮਿਲ ਜੂਗਾ, ਜੇ ਆਪਾਂ ਇੱਕ ਦੂਜੇ ਨਾਲ ਲੜਦੇ ਰਹੇ ਫਿਰ ਕੀ ਇਨਸਾਫ਼ ਮਿਲਣਾ ਚਾਹੁੰਦੇ? ਬਿਲਕੁਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣੇ ਨੂੰ ਕਹਿਣਾ ਚਾਹੋਗੇ ਕੁਛ? ਮੈਂ ਤਾਂ ਉਹੀ ਕਹਿਣਾ ਚਾਹੁੰਦਾ ਵੀ ਸਾਨੂੰ ਇਨਸਾਫ਼ ਦਵਾਇਆ ਜਾਵੇ ਜੀ, ਇਹ ਨਾ ਹੋਵੇ ਆਪਾਂ ਕੇਸ ਦਰਜ ਕਰਤਾ ਆਪਾਂ ਸੁਣਦੇ ਹੀ ਹਾਂ, ਮੁੜ ਕੇ ਉਹਨਾਂ ਨੇ ਬਚਣ ਦੇ ਰਾਹ ਵੀ ਛੱਡ ਦਿੰਦੇ ਆ ਜੀ। ਜੇ ਆਪਾਂ ਕੇਸ ਦਰਜ ਕਰਾ ਕੇ ਨਾ ਜਲਦੀ ਤੋਂ ਜਲਦੀ ਜੀ ਫਸਟ ਟ੍ਰੈਕ ਅਦਾਲਤਾਂ ਬਣਾ ਕੇ ਜੀ ਉਹਨੂੰ ਕੇਸ ਚਲਾਇਆ ਜਾਵੇ ਜੀ। ਅਕਾਲ ਤਖ਼ਤ ਸਾਹਿਬ 'ਤੇ ਵੀ ਜਿਹੜੇ ਭੋਗ ਆ ਉਹ ਪਾਏ ਜਾਣਗੇ, ਉੱਥੇ ਜਾ ਰਿਹਾ ਤੁਹਾਡਾ ਪਰਿਵਾਰ? ਹਾਂਜੀ, ਜਾਵਾਂਗੇ ਜੀ। ਪੰਜਾਬ ਜਦੋਂ ਇਹਨਾਂ ਦਿਨਾਂ ਨੂੰ ਚੇਤੇ ਕਰਦਾ, ਪੰਜਾਬ ਦੇ ਲੋਕ ਜਦੋਂ ਇਹਨਾਂ ਦਿਨਾਂ ਨੂੰ ਸੁਣਾਉਂਦੇ ਨੇ, ਖਾਸ ਤੌਰ 'ਤੇ ਜਿਹੜੇ ਸਾਡੇ ਬਜ਼ੁਰਗ ਸੀ ਉਹਨਾਂ ਨੇ ਸਭ ਕੁਝ ਇਹ ਦੇਖਿਆ, ਖਾਸ ਤੌਰ 'ਤੇ ਇਹ ਪਰਿਵਾਰ ਜਿਨ੍ਹਾਂ ਨੇ ਸੰਤਾਪ ਨੂੰ ਹੰਢਾਇਆ, ਅਤੇ ਅੱਜ ਤੱਕ ਵੀ ਇਹ ਪਰਿਵਾਰ ਇਨਸਾਫ਼ ਦੀ ਉਡੀਕ ਦੇ ਵਿੱਚ ਆ। ਉਮੀਦ ਵੀ ਕਰਾਂਗੇ ਕਿ ਜਿਹੜੀਆਂ ਅੱਜ ਸਰਕਾਰਾਂ ਸੱਤਾ ਦੇ ਵਿੱਚ ਨੇ, ਹਾਲਾਂਕਿ ਜਿਹੜੇ ਕਾਨੂੰਨ ਦੇ ਰਖਵਾਲੇ ਸੀ ਉਹਨਾਂ ਤੋਂ ਹੀ ਲੋਕਾਂ ਨੂੰ ਡਰ ਹੋਇਆ, ਅਤੇ ਉਹਨਾਂ ਨੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ, ਅਤੇ ਉਹਨਾਂ ਨੇ ਕਿੱਡਾ ਵੱਡਾ ਨੁਕਸਾਨ ਜਿਹੜਾ ਪੰਜਾਬ ਦੇ ਨੌਜਵਾਨਾਂ ਦਾ, ਖਾਸ ਤੌਰ 'ਤੇ ਕੌਮ ਦੇ ਜਥੇਦਾਰ ਗੁਰਦੇਵ ਸਿੰਘ ਕੌਂਕੇ, ਜਿਹੜੇ ਅੱਜ ਤੱਕ ਵੀ ਜਿਹੜੀਆਂ ਸਰਕਾਰ ਹੈ ਉਹਨਾਂ ਦਾ ਰਿਕਾਰਡ ਬੋਲ ਰਿਹਾ ਕਿ ਉਹ ਹਾਲੇ ਤੱਕ ਵੀ ਫਰਾਰ ਨੇ, ਪਰ ਬਹੁਤ ਸਾਰੇ ਗਵਾਹਾਂ ਨੇ ਇਹ ਗੱਲ ਸਾਫ਼ ਕਰ ਦਿੱਤੀ ਕਿ ਉਹਨਾਂ ਦੀ ਸ਼ਹੀਦੀ ਹੋ ਚੁੱਕੀ ਆ। ਉਮੀਦ ਕਰਾਂਗੇ ਸਰਕਾਰਾਂ ਤੋਂ, ਪਰਿਵਾਰ ਦੀ ਵੀ ਇਹੋ ਬੇਨਤੀ ਹੈ ਕਿ ਇਨਸਾਫ਼ ਦਿੱਤਾ ਜਾਵੇ। ਉਹ ਕੌਣ ਲੋਕ ਸੀ ਜਿਨ੍ਹਾਂ ਨੇ ਇਹ ਸਭ ਕੁਝ ਕੀਤਾ, ਉਹਨਾਂ ਨੂੰ ਬਣਦੀਆਂ ਸਜ਼ਾਵਾਂ ਜ਼ਰੂਰ ਦਿੱਤੀਆਂ ਜਾਣ। ਦਿਓ ਆਗਿਆ ਜੀ, ਸਤਿ ਸ਼੍ਰੀ ਅਕਾਲ।